ਹਾਂਜੀ ਆਵਾਜ਼ ਆ ਰਹੀ ਹੁਣ ਅਹ ਪਰ ਉਹ ਲਾਈਵ ਜਿਹੜਾ ਅਸੀਂ ਪਤਾ ਨਹੀਂ ਕੀ ਚੱਕਰ ਸੀ ਮੈਨੂੰ ਲੱਗਦਾ ਜਿੱਦਾਂ ਰੁਕ ਗਿਆ ਇਧਰੋਂ ਤੇ ਉਧਰ ਖਣੀ ਪਾਉਜ਼ ਹੋ ਗਈ ਮੇਰੀ ਵੀਡੀਓ ਵਗੈਰਾ ਤਾਂ ਕਰਕੇ ਮੈਨੂੰ ਬੰਦ ਕਰਨਾ ਪਿਆ ਤੇ ਆਪਾਂ ਬਾਬਾ ਬੋਧਾ ਸਿੰਘ ਤੇ ਗਰਜਾ ਸਿੰਘ ਦੀ ਗੱਲ ਤੋਂ ਬਾਅਦ ਚ ਇਹ ਵੀ ਜਿਹੜੇ ਲੋਕ ਆ ਜੇ ਕਹਿੰਦੇ ਨੇ ਕੀ ਉਹ ਉਹਦਾ ਕੀ ਫਾਇਦਾ ਹੋਇਆ ਉਹਦਾ ਕੀ ਅਰਥ ਹੈ ਜਿਹੜਾ ਅਸੀਂ ਝੰਡਾ 10 ਮਿੰਟ ਲਈ ਜਾਂ 15 ਮਿੰਟ ਲਈ ਚਲਾਇਆ ਹੈ ਮਤਲਬ ਉਹਦਾ ਅਰਥ ਹੀ ਸਿੰਬੋਲਿਕ ਹੀ ਹੁੰਦਾ ਹੈ ਝੰਡਾ ਵੀ ਅਸੀਂ ਹਕੂਮਤ ਨੂੰ ਇਹ ਦੱਸਿਆ ਵੀ ਅਸੀਂ ਜਿਉਂਦੇ ਆ ਅਸੀਂ ਮਰੇ ਨਹੀਂ ਸਾਡੀ ਹੋਂਦ ਅੱਜ ਵੀ ਕਾਇਮ ਹੈ ਕਿ ਬਿਜਾਕ ਤੋਂ 100 ਵਾ 150 ਦੇ ਜ਼ੁਲਮ ਕੀਤੇ ਨੇ ਹਜ਼ਾਰ ਕੀਤੇ ਨੇ ਸਾਡੀ ਹੋਂਦ ਜਿਹੜੀ ਅੱਜ ਵੀ ਉਸੇ ਤਰ੍ਹਾਂ ਅਸੀਂ ਚੜ੍ਹਦੀ ਕਲਾ 'ਚ ਰਹਿ ਰਹੇ ਹਾਂ ਹੁਣ ਜਿਹੜੇ ਲੋਕ ਇੱਕੋਦਮ ਇੱਕ ਨਾ ਹੁੰਦਾ ਬੰਦੇ ਦੇ ਅੰਦਰ ਅਵਚੇਤਨਤਾ 'ਚ ਜਦੋਂ ਗੁਲਾਮੀ ਆ ਜਾਏ ਨਾ ਬੰਦੇ ਦੇ ਜਦੋਂ ਬੰਦੇ ਦੇ ਵਿੱਚ ਗੁਲਾਮੀ ਆ ਜਾਏ ਜਦੋਂ ਕੋਈ ਘਟਨਾ ਵਾ ਗੁਲਾਮੀ ਇਦਾਂ ਪਿਆਰ ਹੁੰਦੀ ਹੈ ਜਿਹੜੇ ਬੰਦਿਆਂ ਦੇ ਅੰਦਰ ਗੁਲਾਮੀ ਹੈ ਨਾ ਉਹ ਇਸ ਤਰੀਕੇ ਨਾਲ ਜ਼ाहिर ਹੁੰਦੀ ਹੈ ਵੀ ਉਹ ਬੰਦੇ ਜਦੋਂ ਕਿ ਅਚਨਚੇਤ ਘਟਨਾ ਵਾਪਰਦੀ ਹੈ ਉਹ ਬੰਦੇ ਉਹ ਜਿਹੜਾ ਸਾੜਨ ਰਿਐਕਸ਼ਨ ਹੈ ਜਿਹੜਾ ਉਸੇ ਵੇਲੇ ਉਹਨਾਂ ਨੇ ਕੋਈ ਆਪਣਾ ਵਿਚਾਰ ਦੇਣੇ ਨਹੀਂ ਉਸ ਮਸਲੇ ਦੇ ਉੱਤੇ ਤੇ ਬਹੁਤੇ ਬੰਦੇ ਤੁਸੀਂ ਦੇਖੋਗੇ ਨਾ ਜਦੋਂ ਜਦੋਂ ਨਿਹੰਗਾਂ ਨੇ ਪਿੱਛੇ ਜੇ ਗੁੱਟ ਵੱਡ ਦਿੱਤਾ ਸੀ ਪੁਲਸ ਵਾਲੇ ਦਾ ਉਦੋਂ ਜਿਹੜੇ ਕਹਿੰਦੇ ਘੁੰਦੇ ਸਿੱਖ ਬੰਦੇ ਸੀ ਉਹ ਬੰਦੇ ਵੀ ਜਿਹੜੇ ਸੀ ਇਸ ਗੱਲ ਦੇ ਵਿਰੋਧ 'ਚ ਆ ਗਏ ਉਹਨਾਂ ਨੂੰ ਉਦੋਂ ਵੀ ਇਹ ਲੱਗਾ ਵੀ ਜਿਹੜਾ ਅਸੀਂ ਇਹ ਕੰਮ ਕੀਤਾ ਇਹਦੇ ਨਾਲ ਸਟੇਟ ਪ੍ਰੋਵੋਕ ਹੋਊਗੀ ਤੇ ਸਟੇਟ ਸਾ ਸਟੇਟ ਜਿਹੜਾ ਵਾ ਸਟੇਟ ਜੇ ਫਰਜ਼ ਕਰੋ ਤੁਹਾਨੂੰ ਇਹ ਸਦੀਵੀ ਸਾਡੇ ਤੇ ਖਤਰਾ ਬਣਿਆ ਹੋਇਆ ਹੈ ਵੀ ਸਟੇਟ ਆ ਸਾਡੇ ਕਿਸੇ ਵੀ ਐਕਸ਼ਨ ਦੇ ਨਾਲ ਸਾਡਾ ਕਤਲੇਆਮ ਕਰ ਸਕਦੀ ਹੈ ਤੇ ਇਹਦਾ ਮਤਲਬ ਇਹ ਆ ਵੀ ਅਸੀਂ ਗੁਲਾਮ ਆ ਤੇ ਜਿਹੜੇ ਬੰਦੇ ਗੁਲਾਮ ਹੁੰਦੇ ਨੇ ਸਟੇਟ ਜਦੋਂ ਉਹਨਾਂ ਦਾ ਕਤਲੇਆਮ ਕਰਨਾ ਚਾਹੁੰਦੀ ਆ ਤਾਂ ਸਟੇਟ ਉਹਨਾਂ ਬਹਾਨੇ ਵੀ ਰੱਬ ਲੈਂਦੀ ਆ ਆਪ ਹੀ ਉਹਨੂੰ ਲੋੜ ਨਹੀਂ ਪੈਂਦੀ ਜਿਹੜੇ ਆ ਇੰਤਜ਼ਾਰ ਕਰਨ ਦੀ ਵੀ ਕੁਝ ਅਗਲੀ ਕੌਮ ਕਰੇ ਤੇ ਮੈਂ ਫੇਰ ਕਰਾਂ ਹਨਾ ਕਈ ਲੋਕ ਇਸੇ ਚੱਕਰ 'ਚ ਸੰਤਾਂ ਦੇ ਉੱਤੇ ਕਹਿ ਦਿੰਦੇ ਨੇ ਵੀ ਸੰਤਾਂ ਨੂੰ ਵੀ ਤੁਸੀਂ ਉਹ ਸੰਤ ਜੇ ਉੱਥੇ ਨਾ ਮੌਜੂਦ ਹੁੰਦੇ ਸੰਤ ਜੇ ਹਥਿਆਰ ਨਾ ਚੁੱਕਦੇ ਤੇ ਇਦਾਂ ਨਾ ਹੁੰਦਾ ਪਰ ਇਵੈਂਚੁਅਲੀ ਗੱਲ ਇਹ ਹੈ ਵੀ ਜਦੋਂ ਸਟੇਟ ਜਿਹੜੀ ਕੈਪੇਬਲ ਆ ਤੁਹਾਡਾ ਤੁਹਾਡਾ ਕਤਲੇਆਮ ਕਰਨ ਵਾਸਤੇ ਜਿਹੜੀ ਸਟੇਟ ਤੁਹਾਨੂੰ ਹਮੇਸ਼ਾ ਖਤਰਾ ਵਾ ਜਿਹੜੀ ਸਟੇਟ ਤੋਂ ਵੀ ਉਹ ਤੁਹਾਡਾ ਕਦੇ ਵੀ ਕਤਲੇਆਮ ਕਰ ਸਕਦੀ ਆ ਤੇ ਉਹ ਸਟੇਟ ਬਹਾਨਾ ਨਹੀਂ ਲੱਭ ਸਕਦੀ ਕਿ ਉਹ ਕਤਲੇਆਮ ਕਰਨ ਵਾਸਤੇ ਤੁਹਾਡਾ ਉਹ ਸਟੇਟ ਮੁਸਲਮਾਨਾਂ ਦਾ ਕਤਲੇਆਮ ਹਿੰਦੁਸਤਾਨ ਚ ਕਰ ਚੁੱਕੀ ਆ ਕਿਹੜਾ ਐਸਾ ਕੰਮ ਸੀ ਵੀ ਜਿਹੜਾ ਮੁਸਲਮਾਨਾਂ ਦਾ ਕਤਲੇਆਮ ਕਰਨ ਦੇ ਵਿੱਚ ਉਹਨਾਂ ਨੇ ਆਪੇ ਹੀ ਪਲੈਨਿੰਗ ਕੀਤੀ ਉਤੋਂ ਬਾਅਦ ਉਹ ਕਤਲੇਆਮ ਕਰ ਦਿੱਤਾ ਇਸ ਕਰਕੇ ਜਿਹੜਾ ਕਨਸਟੈਂਟ ਫੀਅਰ ਹੈ ਸਾਡੇ ਉੱਤੇ ਜਿਹੜਾ ਡਰ ਹੈ ਸਦੀਵੀ ਤੌਰ ਤੇ ਵੀ ਸਾਡਾ ਕਦੇ ਵੀ ਕਤਲੇਆਮ ਹੋ ਸਕਦਾ ਉਹ ਡਰ ਜਿਨ੍ਹਾਂ ਚਿਰ ਅਸੀਂ ਇਹਨੂੰ ਕਨਫਰੋਂਟ ਨਹੀਂ ਕਰਦੇ ਜਿਨ੍ਹਾਂ ਚਿਰ ਉਹਦੇ ਸਾਹਮਣੇ ਅਸੀਂ ਨਹੀਂ ਜਾਂਦੇ ਜਿਨ੍ਹਾਂ ਚਿਰ ਅਸੀਂ ਉਹਨੂੰ ਅਸੀਂ ਮੂਲ ਨੂੰ ਨਹੀਂ ਪਛਾਣਦੇ ਉਹਨਾਂ ਚਿਰ ਉਹ ਡਰ ਸਾਡੇ ਤੇ ਸਦੀਵੀ ਬਣਿਆ ਰਹੇਗਾ ਤੇ ਜਿੰਨਾ ਚਿਰ ਉਹ ਡਰ ਬਣਿਆ ਰਹੇਗਾ ਸਾਡੇ ਉੱਤੇ ਅਸੀਂ ਜਿਹੜਾ ਵਾ ਉਹ 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 ਸਦੀ ਵੀ ਇਸ ਚੀਜ਼ ਨੂੰ ਭੁਗਦੇ ਰਵਾਂਗੇ ਇਸ ਇਸ ਨਰਕ ਨੂੰ ਹੁਣ ਅੱਜ ਬਿੱਲਾਂ ਦਾ ਮਸਲਾ ਹੈ ਕੱਲ ਨੂੰ ਕਿਸੇ ਹੋਰ ਚੀਜ਼ ਦਾ ਮਸਲਾ ਹੈ ਪਰਸੋਂ ਕਿਸੇ ਹੋਰ ਚੀਜ਼ ਦਾ ਮਸਲਾ ਆ ਜਾਏਗਾ ਕਿੰਨੀ ਕਵਾਰ ਅਸੀਂ ਇਸੇ ਹਕੂਮਤ ਦੇ ਅੱਗੇ ਆਣ ਕੇ ਫੇਰ ਇਹ ਗੱਲਾਂ ਕਰਾਂਗੇ ਤੇ ਫਿਰ ਪਰ ਨਾਲ ਦੀ ਨਾਲ ਇਹ ਵੀ ਕਰੀ ਜਾਵਾਂਗੇ ਵੀ ਨਹੀਂ ਇਹ ਇਹ ਸਿੱਖੀ ਦਾ ਮਸਲਾ ਨਹੀਂ ਅਸਲ ਮੂਲ ਇਹ ਮੁੱਦਾ ਸਿੱਖੀ ਦਾ ਮੁੱਦਾ ਹੈ ਪੰਜਾਬ ਦਾ ਪਾਣੀ ਕਿਉਂ ਲੁੱਟਿਆ ਗਿਆ ਪੰਜਾਬ ਦਾ ਪਾਣੀ ਲੁੱਟ ਕੇ ਰਾਜਸਥਾਨ ਦਿੱਤਾ ਗਿਆ ਜਿੱਥੇ ਜਿੱਥੇ ਰੇਤਾ ਜਿੱਥੇ ਰੇਗਿਸਤਾਨ ਆ ਪੰਜਾਬ ਵੀ ਬੋਲੀ ਤੇ ਕਿਉਂ ਹਮਲੇ ਹੋ ਰਹੇ ਆ ਜੇ ਅਸੀਂ ਇਹ ਸਵਕਾਰ ਨਹੀਂ ਕਰਦੇ ਜੇ ਅਸੀਂ ਕਹਿ ਦਈਏ ਪੰਜਾਬੀ ਬੋਲੀ ਤੇ ਵੈਸੇ ਹੀ ਹਮਲੇ ਹੋਈ ਜਾ ਰਹੇ ਜੀ ਜੇ ਅਸੀਂ ਕਹਿ ਦਈਏ ਵੀ ਜਿਹੜਾ ਸਿੱਖੀ ਸਿੱਖੀ ਉੱਤੇ ਹਮਲੇ ਹੋ ਰਹੇ ਆ ਜੇ ਅਸੀਂ ਕਹਿ ਦਈਏ ਵੀ ਜਦੋਂ ਸਾਨੂੰ ਇਹ ਕਿਹਾ ਜਾਂਦਾ ਵੀ ਤੁਹਾਡਾ ਗੁਰੂ ਗੁਰੂ ਚੜ ਤੁਹਾਡੇ ਹਿੰਦੂ ਸਨ ਤੁਹਾਡੇ ਗੁਰੂ ਇਦਾਂ ਨਹੀਂ ਸਨ ਉਹਦਾਂ ਸਨ ਸਾਡੇ ਇਤਿਹਾਸ ਨਾਲ ਛੇੜਛਾੜ ਕੀਤੀ ਜਾਂਦੀ ਪਾਵ ਇਹ ਚੀਜ਼ਾਂ ਜਿਹੜੀਆਂ ਨੇ ਇਹ ਅਸੀਂ ਗੁਲਾਮੀ ਦੀਆਂ ਨਿਸ਼ਾਨੀਆਂ ਸਾਰਾ ਕੁਝ ਪਰ ਅਸੀਂ ਸਾਰਾ ਕੁਝ ਮੰਨ ਲੈਂਦੇ ਆ ਵੀ ਆ ਵੀ ਹੋ ਰਿਹਾ ਆ ਵੀ ਹੋ ਰਿਹਾ ਆ ਵੀ ਹੋ ਰਿਹਾ ਪਰ ਅਸੀਂ ਇਹ ਨਹੀਂ ਮੰਨਦੇ ਵੀ ਅਸੀਂ ਗੁਲਾਮ ਆ ਜਿਵੇਂ ਹੁਣ ਤੁਹਾਡਾ ਸਰੀਰ ਦਾ ਕਿਸੇ ਦਾ ਖੂਨ ਗੰਦਾ ਹੋ ਜਾਏ ਨਾ ਤੇ ਉਹਦੇ ਸਰੀਰ ਦੇ ਉੱਤੇ ਫੋੜੇ ਫਿੰਸੀਆਂ ਸ਼ੁਰੂ ਹੋ ਜਾਂਦੇ ਨੇ ਨਿਕਲਦੇ ਹੁਣ ਫੋੜੇ ਫਿੰਸੀਆਂ ਦਾ ਅਸੀਂ ਇਲਾਜ ਕਰੀ ਜਾਈਏ ਉਤੋਂ ਉਤੋਂ ਪਰ ਇਹ ਨਾ ਮੰਨੀਏ ਵੀ ਸਾਡਾ ਸਰੀਰ ਦਾ ਖੂਨ ਗੰਦਾ ਹੈ ਤੇ ਕਦੀ ਉਹ ਫੋੜੇ ਫਿੰਸੀਆਂ ਬੰਦ ਹੋਣਗੇ ਨਿਕਲਣ ਸਾਡੇ ਸਰੀਰ ਤੇ ਸਾਡੀ ਬਿਮਾਰੀ ਕਦੇ ਉਹ ਠੀਕ ਹੋਵੇਗੀ ਨਹੀਂ ਹੋਏ ਕਿਉਂਕਿ ਅਸੀਂ ਮੂਲ ਨੂੰ ਫੜਨਾ ਨਹੀਂ ਚਾਹੁੰਦੇ ਅੱਜ ਅਸੀਂ ਦਿੱਲੀ ਬੈਠੇ ਹਾਂ ਹੋਣ ਦੀ ਲੜਾਈ ਲੜਨ ਨੂੰ ਜਿਹੜਾ ਅਸੀਂ ਕਹਿ ਰਹੇ ਹਾਂ ਦਾਵਾ ਕਰ ਰਹੇ ਹਾਂ ਵੀ ਸਾਡੀ ਹੋਣ ਦੀ ਲੜਾਈ ਹੈ ਹੂੰ ਜੇ ਸਾਡੀ ਹੋਣ ਦੀ ਲੜਾਈ ਹੈ ਦਿੱਲੀ ਬੈਠਿਆਂ ਦੀ ਤੇ ਫਿਰ ਅਸੀਂ ਜੜ ਕਿਉਂ ਨਹੀਂ ਫੜਦੇ ਵੀ ਹੋਣ ਤੇ ਸਾਡੀ ਗੁਲਾਮੀ ਕੀਤੀ ਹੋਈ ਹੈ ਨਾ ਸਾਡੀ ਹੋਣ ਨੂੰ ਗੁਲਾਮੀ ਤੋਂ ਖਤਰਾ ਹੈ ਇਕੱਲੇ ਬਿੱਲਾਂ ਤੋਂ ਥੋੜੀ ਖਤਰਾ ਹੈ ਇਸ ਤੋਂ ਪਹਿਲਾਂ ਇਹਨਾਂ ਬਿੱਲਾਂ ਤੋਂ ਪਹਿਲਾਂ ਸਾਡੇ ਲੱਖਾਂ ਨੌਜਵਾਨ ਨਸ਼ੇ ਨਾਲ ਮਰ ਚੁੱਕੇ ਇੱਕ ਵਾਰ ਸਾਡਾ ਕਤਲੇਆਮ ਹੋ ਚੁੱਕਾ ਤੇ ਉਹ ਚੱਲਦਾ ਆ ਰਿਹਾ ਅਸਦੀ ਵੀ ਤੌਰ ਤੇ ਲੋਕਾਂ ਦੀ ਮੁਸ਼ਕਲ ਕੀ ਹੈ ਵੀ ਲੋਕ ਇਹ ਦੇਖ ਲੈਂਦੇ ਆ ਵੀ 84 ਤੋਂ 94 ਤੱਕ ਸਾਡੇ ਕਿੰਨੇ ਨੌਜਵਾਨ ਗੋਲੀਆਂ ਨਾਲ ਸ਼ਹੀਦ ਹੋਏ ਗੋਲੀਆਂ ਨਾਲ ਮਾਰੇ ਗਏ ਹਕੂਮਤ ਨੇ ਮੁਕਾਬਲੇ ਬਣਾ ਦਿੱਤੇ ਝੂਠੇ ਹਮਲਾ ਕਰ ਦਿੱਤਾ ਲੋਕ ਇਹ ਨਹੀਂ ਵੰਦੇ ਵੀ 2000 ਤੋਂ 2020 ਤੱਕ ਕਿੰਨੇ ਲੱਖਾਂ ਨੌਜਵਾਨ ਸਾਡੇ ਦੇ ਸ਼ਹੀਦਾਂ ਮਾਰੇ ਗਏ ਮਤਲਬ ਨਸਲ ਕੁਸ਼ੀ ਦੀ ਕੋਈ ਵੀ ਇੱਕ ਤਰੀਕਾਕਾਰ ਹੋਵੇ ਨਸਲ ਕੁਸ਼ੀ ਦਾ ਉਹ ਹੈ ਤੇ ਨਸਲ ਕੁਸ਼ੀ ਨਾ ਹੋਦੀ ਸਾਡੀ ਕੌਮ ਦੀ ਸਾਡੇ ਕੌਮ ਦੇ ਨੌਜਵਾਨ ਜਿਹੜੇ ਆ ਹਿਜਰਤ ਕਰਨ ਨੂੰ ਮਜਬੂਰ ਆ ਬਾਹਰ ਜਾਣ ਨੂੰ ਕੋ ਜਾਣ ਹੀ ਕਿਸੇ ਨੂੰ ਹੈਗਾ ਇੱਕ ਹੁਣ ਰਵਾਜ ਵੀ ਬਣ ਗਿਆ ਹੋਵੇ ਪਰ ਇਸੇ ਕਰਕੇ ਬਣਿਆ ਸਾਡਾ ਇੱਥੇ ਕੋਈ ਖੈ ਨਹੀਂ ਅਸੀਂ ਸਾਡਾ ਭਵਿੱਖ ਸਾਨੂੰ ਦਿਸਦਾ ਨਹੀਂ ਪੰਜਾਬ ਦੇ ਵਿੱਚ ਤੇ ਹੋਂਦ ਦੀ ਲੜਾਈਆਂ ਤੇ ਸਾਡੀਆਂ ਬਹੁਤ ਮਹਾਰਾ ਦੇ ਲੜ ਰਹੇ ਆ ਆਪਾਂ ਜਦੋਂ ਅਸੀਂ ਪੰਜਾਬੀ ਬੋਲੀ ਦੀ ਗੱਲ ਕਰਦੇ ਆ ਤੇ ਸਾਡੀ ਉਹ ਵੀ ਹੋਂਦ ਦੀ ਲੜਾਈ ਹੈ ਨਾ ਜੇ ਪੰਜਾਬੀ ਬੋਲੀ ਮੁੱਕ ਗਈ ਸਾਡੀ ਹੋਂਦ ਬਚੇਗੀ ਜੇ ਪੰਜਾਬ ਚੋਂ ਪਾਣੀ ਮੁੱਕ ਗਿਆ ਸਾਡੀ ਹੋਂਦ ਬਚੇਗੀ ਪਰ ਅੱਜ ਉੱਥੇ ਕਿਸਾਨ ਜਿੱਥੇ ਬੰਦੀਆਂ ਜਾਂ ਕੋਈ ਬੰਦਾ ਪੰਜਾਬ ਦੇ ਪਾਣੀ ਦੀ ਗੱਲ ਨਹੀਂ ਕਰਨਾ ਚਾਹੁੰਦਾ ਉਹ ਕਹਿੰਦੇ ਸਾਡੀ ਹੋਂਦ ਜਿਹੜੀ ਆ ਇਹ ਸਾਡੀ ਖੇਤੀ ਦੀ ਲੜਾਈ ਹੈ ਇਹਦੇ ਨਾਲ ਸਾਡਾ ਕਨਫਲਿਕਟ ਪੈਦਾ ਹੋ ਜੂਗਾ ਦੂਜੀ ਸੂਬੇ ਦੇ ਨਾਲ ਜਿਹੜੀ ਏਕਤਾ ਡਰ ਦੇ ਅਧੀਨ ਬਣ ਗਈ ਹੈ ਸਾਡੀ ਏਕਤਾ ਤੇ ਦੋ ਬਰਾਬਰ ਦੀਆਂ ਧਿਰਾਂ ਚ ਹੋ ਸਕਦੀ ਹੈ ਦੋ ਧਿਰਾਂ ਬਰਾਬਰ ਹੋਣ ਉਹ ਉਹ ਕਹਿਣ ਵੀ ਅਸੀਂ ਅਸੀਂ ਬਰਾਬਰ ਹਾਂ ਇੱਕ ਬਰਾਬਰ ਹਾਂ ਜਿਹੜੀ ਏਕਤਾ ਅਸੀਂ ਕਹਿੰਦੇ ਹਾਂ ਨਾ ਉਹ ਏਕਤਾ ਨਹੀਂ ਹੈਗੀ ਉਹ ਹੈਗੀ ਗੁਲਾਮੀ ਤੇ ਗੁਲਾਮੀ ਜਦੋਂ ਬੰਦੇ ਤੇ ਗਲ ਪਈ ਹੋਵੇ ਨਾ ਤੇ ਬੰਦਾ ਅਕਸਰ ਉਹਨੂੰ ਬੜੇ ਅਜੀਬ ਅਜੀਬ ਨਾ ਦਿੰਦਾ ਹ ਹੂੰ ਉਹਨੂੰ ਬੜੇ ਅਜੀਬ ਅਜੀਬ ਨਾਂ ਦੇ ਕੇ ਤੇ ਬੰਦਾ ਨਾ ਕਰਦਾ ਵਾ ਕਿ ਉਹਨੂੰ ਕਦੀ ਕਹੂਗਾ ਨਹੀਂ ਆਹ ਮੁਸ਼ਕਲ ਨਹੀਂ ਮੈਨੂੰ ਆਹ ਮੁਸ਼ਕਲ ਹੈ ਭਾਵ ਜਿਹੜੀ ਗੱਲ ਸਾਨੂੰ ਪਤਾ ਹੈ ਵੀ ਜਿਹੜੀ جنگ ਨੂੰ ਅਸੀਂ ਟਾਲ ਨਹੀਂ ਸਕਦੇ ਕਦੀ ਜ਼ਿੰਦਗੀ ਦੇ ਵਿੱਚ ਜਿਹੜੀ جنگ ਨੂੰ ਅਸੀਂ ਸਦੀਵੀ ਤੌਰ ਤੇ ਕਦੇ ਨਹੀਂ ਟਾਲ ਸਕਦੇ ਉਹ جنگ ਜਿਹੜੀ ਹੈ ਉਹ ਸਾਨੂੰ ਕਦੇ ਨਾ ਕਦੇ ਫਿਰ ਲੜਨੀ ਪੈਣੀ ਹੈ ਤੇ ਅਸੀਂ ਉਹਨੂੰ ਉਹਨੂੰ ਕਿਉਂ ਟਾਲ ਰਹੇ ਹਾਂ ਬਾਰ-ਬਾਰ ਅਸੀਂ ਕਿਉਂ ਨਹੀਂ ਮੰਨਣ ਨੂੰ ਤਿਆਰ ਹੈਗੇ ਵੀ ਜੇ ਇੱਕ ਛੰਡੇ ਨਾਲ ਸਾਡੀ ਹੋਂਦ ਸਾਡੀ ਨਸ਼ਲ ਕੁਸ਼ੀ ਦਾ ਖਤਰਾ ਪੈਦਾ ਹੋ ਜਾਂਦੇ ਨੇ ਤੇ ਫਿਰ ਅਸੀਂ ਜਿਹੜਾ ਵਾ ਇਹ ਕਿਉਂ ਬਾਰ-ਬਾਰ ਇਹ ਗੱਲਾਂ ਕਹਿੰਦੇ ਆ ਸੋ ਇਸ ਕਰਕੇ ਜਿਹੜੇ ਦਿੱਲੀ ਦੇ ਵਿੱਚ ਜੋ ਘਟਨਾ ਵਾਪਰੀ ਹੈ ਨਾ ਜਿਹੜੇ ਸਿੱਖਾਂ ਨੇ ਉੱਤੇ ਉੱਤੇ ਰਿਐਕਸ਼ਨ ਦਿੱਤਾ ਹੈ ਆਪਣਾ ਵੀ ਇਹ ਸਾਡਾ ਨਹੀਂ ਹੋਣਾ ਚਾਹੀਦਾ ਉਹ ਉਹ ਉਹਨਾਂ ਦਾ ਤਰਕ ਇਹੋ ਹੀ ਆ ਨਾ ਵੀ ਹੁਣ ਸਰਕਾਰ ਨੂੰ ਜ਼ਬਰ ਕਰਨ ਦਾ ਮੌਕਾ ਮਿਲੂਗਾ ਸਾਡੇ ਤੇ ਜ਼ੁਲਮ ਕਰਨ ਦਾ ਮੌਕਾ ਮਿਲੂਗਾ ਤੇ ਮਤਲਬ ਇਹਦਾ ਮਤਲਬ ਇਹੋ ਹੀ ਆ ਵੀ ਸਾਡੀ ਹੋਂਦ ਜਿਹੜੀ ਆ ਇਸ ਮੁਲਕ ਦੇ ਵਿੱਚ ਇਸ ਗੱਲ ਤੇ ਟਿੱਗੀ ਆ ਵੀ ਸਰਕਾਰ ਕਦੋਂ ਵੀ ਚਾਵੇ ਸਾਡਾ ਕਤਲਿਆਮ ਕਰ ਸਕਦੀ ਹੈ ਇੱਕ ਕਈ ਲੋਕ ਇਹਨਾਂ ਦੇ ਵਿਜੇਂਦਰ ਗਾਂਧੀ ਨੂੰ ਨਾਂ ਮਾਰਿਆ ਜਾਂਦਾ ਤੇ ਸਿੱਖਾਂ ਦਾ ਕਤਲਿਆਮ ਬਣਾਉਂਦਾ ਹੁਣ ਕੋਈ ਕੋਈ ਰਜੀਵ ਗਾਂਧੀ ਮਾਰਿਆ ਗਿਆ ਕਿਹਨਾਂ ਦਾ ਕਤਲਿਆਮ ਹੋਇਆ ਇਹ ਮਹਾਤਮਾ ਗਾਂਧੀ ਮਾਰਿਆ ਗਿਆ ਕਿਹਨਾਂ ਦਾ ਕਤਲਿਆਮ ਹੋਇਆ ਮਤਲਬ ਸਿਰਫ ਸਾਡੀ ਹੋਂਦ ਨੂੰ ਖਤਰਾ ਹੈ ਨਾ ਅਸੀਂ ਇਹ ਕਿਉਂ ਨਹੀਂ ਮੰਨਦੇ ਵੀ ਅਸੀਂ ਗੁਲਾਮ ਆ ਫਿਰ ਤੇ ਜੇ ਗੁਲਾਮ ਆ ਗੁਲਾਮ ਬੰਦਾ ਕਵੇ ਵੀ ਮੈਂ ਇਹਦੇ ਲਈ ਲੜਨਾ ਮੈਂ ਉਹਦੇ ਲਈ ਲੜਨਾ ਮੈਂ ਹਰ ਚੀਜ਼ ਨਹੀਂ ਲੜਨਾ ਪਰ ਇਹ ਗੱਲ ਤੋਂ ਮੁਕਰ ਜਾਵੇ ਵੀ ਮੈਂ ਆਜ਼ਾਦੀ ਵਾਸਤੇ ਵੀ ਲੜਨਾ ਅਖੀਰ ਹੀ ਲੜਾਈ ਸਾਨੂੰ ਆਜ਼ਾਦੀ ਵਾਸਤੇ ਲੜਨੀ ਪੈਣੀ ਹੈ ਨਾ ਇਸ ਕਰਕੇ ਜਿਹੜਾ ਕੱਲ ਘਟਨਾ ਵਾਪਰੀ ਹੈ ਉਹਦੇ ਜੋ ਜਿਹੜੇ ਲੋਕਾਂ ਨੇ ਇਹ ਰੈਐਕਸ਼ਨ ਦਿੱਤਾ ਨਾ ਵੀ ਇਹ ਜੀ ਇਹਨਾਂ ਨੇ ਬੜਾ ਮਾੜਾ ਕੀਤਾ ਕੀ ਫਾਇਦਾ ਖਟ ਲਿਆ ਕੀ ਮੁੱਲ ਖਟ ਲਿਆ ਇਹ ਚੀਜ਼ਾਂ ਇਹਨਾਂ ਚੀਜ਼ਾਂ ਤੋਂ ਪਰੇ ਨੇ ਨਫੇ ਨੁਕਸਾਨਾਂ ਤੋਂ ਜੇ ਤੁਸੀਂ ਕਹੋ ਨਾ ਵੀ ਇਹਦੇ ਚੋਂ ਤੁਹਾਨੂੰ ਕੋਈ ਦੱਸੇ ਵੀ ਇਹਦੇ ਚੋਂ ਕੀ ਖਟ ਲਿਆ ਇਹ ਕੋਈ ਇਦਾਂ ਦਾ ਸੌਦੀ ਬਾਜੀ ਨਹੀਂ ਹੈਗੀ ਵੀ ਉੱਥੇ ਖੱਟਣਾ ਘਟਾਉਣ ਗਏ ਸੀ ਕੁਛ ਆਪਾਂ ਨਾ ਕੋਈ ਬੰਦਾ ਇਹ ਕੰਮ ਪੈਸੇ ਖਾਤਰ ਕਰਦਾ ਨਾ ਕੋਈ ਬੰਦਾ ਇਹ ਕੰਮ ਇਸ ਕਰਕੇ ਕਰਦਾ ਹੈ ਵੀ ਭਾਈ ਇਹਦੇ ਚੋਂ ਕੁਝ ਖਟਿਆ ਜਾਵੇ ਕੋਈ ਹਕੂਮਤਾਂ ਜਿਹੜੀ ਹਕੂਮਤ ਨੇ ਹਜ਼ਾਰਾਂ ਲੱਖਾਂ ਸੋਰਸਸ ਖਰਚ ਕੇ ਆਪਣੇ ਕਰੋੜਾਂ ਅਰਬਾਂ ਡਾਲਰ ਖਰਚ ਕੇ ਤੁਹਾਡੇ ਮਨਾਂ ਚੋਂ ਇਹ ਚੀਜ਼ ਕੱਢੀ ਹੈ ਵੀ ਤੁਸੀਂ ਰਾਜ ਨਹੀਂ ਕਰਨਾ ਹਨ ਜੇ ਇੱਕ ਝੰਡਾ ਹਕੂਮਤ ਨੂੰ ਵੀ ਅਹਿਸਾਸ ਕਰਾ ਦਿੰਦਾ ਤੁਹਾਨੂੰ ਵੀ ਅਹਿਸਾਸ ਕਰਾ ਦਿੰਦਾ ਹੈ ਹੈ ਤੇ ਉਹ ਉਹਦੇ ਚ ਵੇਖੋ ਵੀ ਕਿੰਡੀ ਵੱਡੀ ਜਿਹੜੀ ਗੱਲ ਹੈ ਇੱਕ ਮਿੰਟ ਹੁਣ ਇਨਵਿਟੇਸ਼ਨ ਆ ਗਿਆ ਜਿਹੜੇ ਸਿੰਘ ਨੂੰ ਅੱਜ ਕਟਮਾਰਜੀ ਦੀ ਕਿਸੇ ਦੀ ਕੀਤੀ ਹੈ ਉਹਦੇ ਦੇਖੋ ਹੋਣਾ ਵਾ ਜਿੰਨਾ ਚਿਰ ਖਾਲਸਾ ਨਿਸ਼ਾਨ ਸਾਹਿਬ ਦੀ ਓਟ ਆਸਰੇ ਤੇ ਉੱਥੇ ਸਿੰਘ ਬੈਠੇ ਸਨ ਨੌਜਵਾਨ ਬੈਠੇ ਸਨ ਉਹਨਾਂ ਦੇ ਦਿਲਾਂ 'ਚ ਬੜਾ ਵੱਡਾ ਇੱਕ ਹੌਸਲਾ ਸੀ ਬੜਾ ਜਜ਼ਬਾ ਸੀ ਤੇ ਜਿੱਦਣ ਹਕੂਮਤ ਨੂੰ ਇਹ ਪਤਾ ਲੱਗ ਗਿਆ ਵੀ ਅਸੀਂ ਇਹਨਾਂ ਦੇ ਮੂੰਹ 'ਇ ਜਥੇ ਬੰਦੀਆਂ ਦੇ ਮੂੰਹਾਂ ਜਾਂ ਦੂਜੇ ਬੰਦਿਆਂ ਦੇ ਮੂੰਹਾਂ ਇਹਨਾਂ ਦੇ ਨਿਸ਼ਾਨ ਸਾਹਿਬ ਦੀ ਅਸੀਂ ਫਿਟੇ ਤੋਂ ਇਹ ਕਰਾ ਲਈਏ ਬੇਇੱਜ਼ਤੀ ਕਰਾ ਲਈਏ ਤੇ ਸਿੱਖਾਂ ਦਾ ਜਿਹੜਾ ਹੌਸਲਾ ਸੀ ਹਟਾ ਦਿੱਤਾ ਇਹਨਾਂ ਤਰੰਗਾਗੇ ਕਰ ਲਿਆ ਤੇ ਉਹਨਾਂ ਨੂੰ ਪਤਾ ਵਾ ਤਰੰਗੇ ਵਾਲੇ ਨਾਲ ਡੀਲ ਕਿਦਾਂ ਕਰਨਾ ਹੈ ਹਿੰਦੁਸਤਾਨ ਦੀ ਹਕੂਮਤ ਨੂੰ ਪਲੇ ਪਾਤੇ ਗੱਲ ਦਾ ਪਤਾ ਹੈ ਵੀ ਤਰੰਗੇ ਵਾਲਿਆਂ ਨੂੰ ਅਸੀਂ ਕਿਦਾਂ ਕੰਟਰੋਲ ਕਰਨਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਨੂੰ ਨਿਸ਼ਾਨ ਸਾਹਿਬ ਵਾਲਿਆਂ ਨੂੰ ਕਿਦਾਂ ਕਰਨਾ ਹੈ ਉਹ ਇਸ ਗੱਲ ਤੋਂ ਝੱਗਦੇ ਨੇ ਨਿਸ਼ਾਨ ਸਾਹਿਬ ਬਣੇ ਦੇ ਅੱਗੇ ਆਉਣ ਤੋਂ ਉਹ ਤਰੰਗੇ ਵਾਲਾਂ ਤੋਂ ਨਹੀਂ ਝੱਗਦੇ ਉਹਨਾਂ ਨੇ ਕਈ ਵਾਰ ਕੀਤਾ ਹੈ ਕੰਮ ਹੁਣ ਮਹਾਤਮਾ ਗਾਂਧੀ ਦੀ ਗੱਲ ਹੈ ਮਹਾਤਮਾ ਗਾਂਧੀ ਨੂੰ ਨਾਇਕ ਕਿਉਂ ਬਣਾਇਆ ਗਿਆ ਹਿੰਦੁਸਤਾਨ ਦਾ ਕੀ ਮਹਾਤਮਾ ਗਾਂਧੀ ਆਜ਼ਾਦੀ ਲੈ ਕੇ ਆਇਆ ਆਜ਼ਾਦੀ ਮਹਾਤਮਾ ਗਾਂਧੀ ਜੇ ਲੈ ਆ ਹੁੰਦਾ ਤੇ ਫਿਰ ਬਾਕੀ ਜਿਹੜੇ ਨੇ ਸ਼ਹੀਦੀਆਂ ਦੇ ਗਏ ਜਾਂ ਜਿਨ੍ਹਾਂ ਨੇ ਵਾਇਲੈਂਸ ਕੀਤੀ ਜਾਂ ਜਿਨ੍ਹਾਂ ਨੇ ਗਲਤ ਦੁਸ਼ਟ ਲੋਕਾਂ ਨੂੰ ਸੋਧਿਆ ਉਹ ਲੋਕਾਂ ਦਾ ਕੀ ਕੰਟਰੀਬਿਊਸ਼ਨ ਹੈ ਕਹਿਣ ਨੂੰ ਆਪਾਂ ਸਾਰੇ ਮੰਨਦੇ ਵੀ ਗਾਂਧੀ ਨੇ ਕੁਝ ਨਹੀਂ ਕੀਤਾ ਪਰ ਸਟੇਟ ਇਹ ਗੱਲ ਨੂੰ ਨਹੀਂ ਮੰਨਦੀ ਜਿਹੜੀ ਸਟੇਟ ਦਾ ਢਾਂਚਾ ਹੈ ਉਹ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਉਹ ਇਸ ਕਰਕੇ ਮੰਨਣ ਨੂੰ ਤਿਆਰ ਨਹੀਂ ਵੀ ਸਾਡੇ ਪੈਦਾ ਹੋਣ ਦੀ ਮਨ ਚ ਇੱਕ ਭਰਮ ਪਾਇਆ ਜਾਂਦਾ ਵੀ ਗਾਂਧੀ ਨੇ ਆਜ਼ਾਦੀ ਲੈ ਲਈ ਬਿਨਾਂ ਕੋਈ ਡਾਂਸਟਾ ਚੁੱਕੇ ਗਾਂਧੀ ਨੇ ਬਿਨਾਂ ਵਾਇਲੈਂਸ ਕੀਤੇ ਸਬਰ ਦੇ ਨਾਲ ਆਜ਼ਾਦੀ ਲੈ ਲਈ ਤੇ ਸਾਨੂੰ ਵੀ 70 ਸਾਲ ਤੋਂ ਬਾਰ-ਬਾਰ ਉਸੇ ਚੀਜ਼ ਹਲਤੇ ਕਹਿਆ ਜਾਂਦਾ ਵੀ ਤੁਸੀਂ ਸ਼ਾਂਤਮਈ ਰਹੋ ਸ਼ਾਂਤਮਈ ਪ੍ਰੋਟੈਸਟ ਕਰੋ ਸਾਡੇ ਗਾੜੀ ਆਈਡਲ ਜਿਹੜਾ ਗੰਧ ਕੀਤਾ ਜਾਂਦਾ ਤੇ ਜਦੋਂ ਸਾਨੂੰ ਅਸਲੀਅਤ ਵਿੱਚ ਵੈਸੇ ਪਤਾ ਹੈ ਵੀ ਗਾਂਧੀ ਜਿਹੜਾ ਅਸੀਂ ਉਹਨੇ ਕੋਈ ਆਜ਼ਾਦੀ ਨਹੀਂ ਲਈ ਪਰ ਫਿਰ ਵੀ ਜਦੋਂ ਬਾਰ-ਬਾਰ ਜਦੋਂ ਅਸੀਂ ਪ੍ਰੋਟੈਸਟ ਜਾ ਕੇ ਸ਼ਾਂਤਮਈ ਹਣ ਦੀ ਗੱਲ ਕਰਦੇ ਆਂ ਤਾਂ ਫਿਰ ਆਪਾਂ ਕਿੱਧਰ ਤੋਂ ਸੇਧ ਲੈ ਰਹੇ ਆ ਕਿਸ ਬੰਦੇ ਤੋਂ ਅਸੀਂ ਸੇਧ ਲੈ ਰਹੇ ਆ ਵੀ ਹਾਂ ਸ਼ਾਂਤਮਈ ਹੋਣਾ ਚਾਹੀਦਾ ਸਰਕਾਰ ਜਿਹੜੀ ਹੈ ਉਹ ਨਥੂਰਾਮ ਗੋਡਸੇ ਨੂੰ ਆਪਣਾ ਅਦਰਸ਼ ਮੰਨਦੀ ਹੈ ਜਿਹੜਾ ਗਾਂਧੀ ਦਾ ਕਾਤਲ ਹੈ ਤੇ ਜਿਹੜੇ ਉਹਦੇ ਕੋਲ ਇਨਸਾਫ ਲੈਣ ਗਏ ਨੇ ਸਰਕਾਰ ਕੋਲੋਂ ਲੋਕ ਉਹ ਗਾਂਧੀ ਨੂੰ ਆਪਣਾ ਅਦਰਸ਼ ਮੰਨਦੇ ਨੇ ਮਤਲਬ ਕਿੱਡੀ ਇਹ ਸਿਚੁਏਸ਼ਨ ਕ੍ਰੀਏਟ ਕੀਤੀ ਹੈ ਹਕੂਮਤ ਨੇ ਜਿਹਦੇ ਚ ਜੋ ਕੁਝ ਹੋ ਰਿਹਾ ਹੈ ਉਹਦੇ ਚ ਆਪਾਂ ਮਾਰ ਹੀ ਖਾਵਾਂਗੇ ਹੋਰ ਤੇ ਕੁਝ ਨਹੀਂ ਕਰ ਸਕਦੇ ਆਪਾਂ ਕਿੰਨਾ ਚਿਰ ਉੱਥੇ ਸੜਕਾਂ ਦੇ ਬਹਿ ਕੇ ਲੋਕ ਜਿਹੜੇ ਨੇ ਉਹ ਮਰਦੇ ਰਹਿਣਗੇ ਕਿੰਨਾ ਚਿਰ ਤੁਸੀਂ ਸੜਕਾਂ ਤੇ ਬੈਠੇ ਰਹੋਗੇ ਉੱਥੇ ਕਦੇ ਨਾ ਕਦੇ ਤੇ ਟਕਰਾਅ ਲ ਦੇ ਬਦਨਾ ਪਏਗਾ ਨਾ ਹਕੂਮਤ ਦੇ ਨਾਲ ਤੇ ਜਦੋਂ ਟਕਰਾਅ ਹੋਏਗਾ ਲਾਜਮ ਜੀ ਗੱਲ ਹੈ ਉਦੋਂ ਜਿਹੜਾ ਵਾ ਲੋਕ ਨੁਕਸਾਨ ਵੀ ਹੋਏਗਾ ਜਾਨੀ ਨੁਕਸਾਨ ਵੀ ਹੋਏਗਾ ਮਾਲੀ ਨੁਕਸਾਨ ਵੀ ਹੋਏਗਾ ਸਾਰਾ ਕੁਝ ਹੋਏਗਾ ਪਰ ਅਸੀਂ ਤੇ ਬੈਠੇ ਬਿਠਾਏ ਕੇ ਜਾਨੀ ਮਾਲੀ ਨੁਕਸਾਨ ਕਰਾ ਰਹੇ ਹਾਂ ਨਾ ਜੇ ਤੇ ਉਥੇ 30 ਬੰਦੇ ਜਿੱਥੇ ਬੰਦੀਆਂ ਦੇ ਬੈਠੇ ਹੋਣ ਕੋਈ ਨਹੀਂ ਉਹ ਬੈਠੇ ਰਹਿਣ ਮਤਲਬ ਨੁਕਸਾਨ ਤੇ ਫਿਰ ਵੀ ਲੋਕਾਂ ਦਾ ਹੋਈ ਜਾ ਰਿਹਾ ਹੈ ਕੋਈ ਜੇ ਠੰਡ ਚ ਮਰ ਜਾਂਦਾ ਹੈ ਕੋਈ ਜੇ ਐਕਸੀਡੈਂਟ ਚ ਮਰ ਜਾਂਦਾ ਕੋਈ ਜ਼ਹਿਰ ਖਾ ਲੈਦਾ ਕੋਈ ਆਪਣੇ ਆਪਣੇ ਗੋਲੀ ਮਾਰ ਲੈਂਦਾ ਹੂੰ ਤੇ ਉਹ ਉਹ ਬੰਦੇ ਵੀ ਜਿਹੜੇ ਆ ਅਕਸਰ ਤੇ ਉਹ ਉਹ ਉਹਨਾਂ ਬੰਦਿਆਂ ਦਾ ਵੀ ਨੁਕਸਾਨ ਤੇ ਨੁਕਸਾਨ ਹੀ ਗਿਣਿਆ ਜਾਵੇਗਾ ਤੇ ਜਿਹੜਾ ਇੱਕ ਮੁੰਡਾ ਨੌਜਵਾਨ ਕੱਲ ਗੋਲੀ ਨਾਲ ਸ਼ਹੀਦ ਹੋਇਆ ਤੁਸੀਂ ਵੀ ਵੇਖੋ ਉਹ ਉਸ ਉਸ ਨੌਜਵਾਨ ਦਾ ਇੰਨਾ ਮਤਲਬ ਚਾਰੇ ਪਾਸੇ ਰੌਲਾ ਪੈ ਗਿਆ ਕਿਉਂਕਿ ਉਹ ਬੰਦਾ ਸੰਘਰਸ਼ ਕਰਦਿਆਂ ਸ਼ਹੀਦ ਹੋਇਆ ਜਿਹੜੀ ਇਦਾਂ ਦੀ ਸ਼ਹਾਦਤ ਹੈ ਨਾ ਉਹ ਲੋਕਾਂ ਨੂੰ ਬਹੁਤ ਕੁਝ ਦੇ ਕੇ ਜਾਂਦੀ ਹੈ ਤੁਸੀਂ ਚੁੱਪਚੀ ਬੀਤੇ ਰਹੇ ਕਿ ਜਿੰਨੇ ਮਰਜੀ ਮਰੀ ਜਾਓ ਬੈਠੇ ਰਹੋ ਉੱਥੇ ਤੁਸੀਂ ਉਥੇ ਕਿਉਂਕਿ ਇਹ ਇਦਾਂ ਦੀ ਗੱਲ ਹੈ ਕਿ ਇੱਕ ਪਾਸੇ ਅਸੀਂ ਇਹ ਕਹਿ ਰਹੇ ਹਾਂ ਕਿ ਮੋਦੀ ਬੜਾ ਜਾਦੂਮ ਹੈ ਮੋਦੀ ਦੇ ਅੰਦਰ ਦਿਲ ਨਹੀਂ ਮੋਦੀ ਦਾ ਹਿਰਦਾ ਨਹੀਂ ਹੈਗਾ ਮੋਦੀ ਡੈਮੋਕ੍ਰੇਸੀ ਤਾਂ ਖਤਮ ਕਰ ਚੁੱਕਾ ਹੈ ਫਿਰ ਅਸੀਂ ਮੋਦੀ ਨੂੰ ਦੇ ਅੱਗੇ ਬੱਕਰੇ ਬਣ ਬਣ ਕਿਉਂ ਜਾ ਰਹੇ ਜੇ ਮੋਦੀ ਕਸਾਈ ਬਣ ਚੁੱਕਾ ਹੈ ਤੇ ਫਿਰ ਅਸੀਂ ਬੱਕਰੇ ਬਣ ਚ ਸਾਡਾ ਕੀ ਫਾਇਦਾ ਜਿਹੜੇ ਬੰਦੇ ਦੇ ਹਿਰਦੇ 'ਚ ਗੁਲਾਮੀ ਹਨ ਉਹ 100 ਵਾਰੀ ਆਜ਼ਾਦੀ ਦੇ ਨਾਰੇ ਲਾਈ ਜਾ ਵੀ ਮੈਂ ਗੁਲਾਮ ਨਹੀਂ ਹਾਂਗਾ ਮੈਂ ਗੁਲਾਮ ਨਹੀਂ ਹਾਂਗਾ ਉਹ ਇਹਨਾਂ ਚੀਜ਼ਾਂ ਤੋਂ ਗੁਲਾਮੀ ਦਾ ਪਰਕਟਾਵਾ ਕਰਦਾ ਵੀ ਜਿਵੇਂ ਝੰਡਾ ਚੜ੍ਹਾ ਦਿੱਤਾ ਤੇ ਸਿੱਖਾਂ ਨੇ ਸਾਡੀ ਸਾਡੇ ਕਤਲੇਆਮ ਦਾ ਮੁੱਢ ਬੰਨ ਦਿੱਤਾ ਉਹ ਕਹਿੰਦੇ ਜਿਹੜੀ ਜਿਹੜੀ ਇਹ ਆਪਾਂ ਇਹ ਸੌਦੇਬਾਜ਼ੀ ਤੋਂ ਉਤਰ ਆਏ ਆ ਨਾ ਵੀ ਅੱਜ ਜੇ ਅਸੀਂ ਸਿੱਖੀ ਲਗਾ ਲੈਨੇ ਆ ਤੇ ਜ਼ਮੀਨਾਂ ਬਚਾ ਲੈਨੇ ਆ ਤੇ ਕੱਲ ਨੂੰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਸੰਘਰਸ਼ ਨਹੀਂ ਨਾ ਤੇ ਪਹਿਲਾ ਸੰਘਰਸ਼ ਹੈ ਨਾ ਆਖਰੀ ਸੰਘਰਸ਼ ਹੈ ਕਿ ਅਸੀਂ ਨਿਰੰਤਰ ਸੰਘਰਸ਼ ਤੁਸੀਂ ਵੇਖੋ ਪਿਛਲੇ 10 ਸਾਲ ਦੇ ਵਿੱਚ ਪੰਜਾਬੀਆਂ ਨੇ ਸਿੱਖਾਂ ਨੇ ਹਰ ਇੱਕ ਸੰਘਰਸ਼ ਭਾਵੇਂ ਆਪ ਦੀ ਪਾਰਟੀ ਦਾ ਆਇਆ ਸੀ ਕਿਸੇ ਦੇਸ਼ ਦੇ ਦੂਜੇ ਸੂਬੇ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਪੰਜਾਬੀਆਂ ਨੇ ਮਤਲਬ ਉਹ ਪੈਸੇ ਦੇ ਪੱਖੋਂ ਹਰ ਪੱਖੋਂ ਉਹਨਾਂ ਦੀ ਪੂਰੀ ਮਹਿਮਤ ਕੀਤੀ ਕਿਉਂਕਿ ਅਸੀਂ ਇੱਕ ਗੁਲਾਮੀ ਨੂੰ ਮਹਿਸੂਸ ਤੇ ਕਰਦੇ ਹਾਂ ਕੋਈ ਵੀ ਸੰਘਰਸ਼ ਛੋੜਦਾ ਹੈ ਪੰਜਾਬ ਦੇ ਵਿੱਚ ਇਹ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਤੇ ਪੰਜਾਬੀ ਉਹਦੇ ਚ ਵੱਟ ਚੜ੍ਹ ਕੇ ਹਿਸਾਬ ਪਾਉਂਦੇ ਨੇ ਕਿਉਂ ਪਾਉਂਦੇ ਨੇ ਜੇ ਸਭ ਕੁਝ ਠੀਕ ਹੈ ਤੇ ਮਹਿਸੂਸ ਤੇ ਕਰਦੇ ਹਾਂ ਅਸੀਂ ਗੁਲਾਮੀ ਸਾਡੇ ਜਿਹੜੀ ਆ ਸਾਡੇ ਅੰਦਰ ਸਾਨੂੰ ਮਹਿਸੂਸ ਹੁੰਦੀ ਹੈ ਗੁਲਾਮੀ ਪਰ ਫਿਰ ਵੀ ਅਸੀਂ ਉਹ ਜਿਹੜੀ ਇੱਕ ਸਾਨੂੰ ਪਤਾ ਨਾ ਗੁਲਾਮੀ ਨੂੰ ਦੂਰ ਕਰਨ ਦਾ ਕਿਹੜਾ ਤਰੀਕਾ ਸਾਨੂੰ ਇਹ ਗੱਲ ਦਾ ਪਤਾ ਹੈ ਕਿ ਉਹ ਗੁਲਾਮੀ ਨੂੰ ਦੂਰ ਕਰਨ ਵਾਸਤੇ ਸਾਨੂੰ ਜਿਹੜੀ ਜੜ ਨੂੰ ਫੜਨਾ ਪੈਣਾ ਹੈ ਜਿਨੇ ਸਾਨੂੰ ਗੁਲਾਮ ਕੀਤਾ ਪਰ ਫਿਰ ਵੀ ਅਸੀਂ ਉਸ ਗੱਲ ਤੋਂ ਝੱਕ ਜਾਂਦੇ ਹਾਂ ਅਸੀਂ ਜਿਹੜੀ ਕੋ ਮੌਜੂਦਾ ਮੁਸ਼ਕਲ ਚੱਲਣ ਦੀ ਹੁੰਦੀ ਹੈ ਉਹਨਾਂ ਲੜਦੇ ਰਹਿੰਦੇ ਹਾਂ ਕਿੰਨੀਆਂ ਸਾਡੀਆਂ ਨਸਲਾਂ ਕਿੰਨੀਆਂ ਪੀੜ੍ਹੀਆਂ ਇਸ ਚੀਜ਼ ਦੇ ਚੱਕਰ 'ਚ ਖਰਾਬ ਹੋ ਗਈਆਂ ਪਹਿਲਾਂ ਅਸੀਂ ਸੂਬਿਆਂ ਦਾ ਸੰਘਰਸ਼ ਲੜਦੇ ਰਹੇ ਫਿਰ ਅਸੀਂ ਬੋਲੀ ਦਾ ਸੰਘਰਸ਼ ਲੜਦੇ ਰਹੇ ਅਜੇ ਵੀ ਚੱਲ ਰਹੇ ਨੇ ਉਹ ਸੂਬੇ ਦਾ ਬੋਲੀ ਦਾ ਸੰਘਰਸ਼ ਕੋਈ ਸੰਘਰਸ਼ ਛਟਾ ਨਹੀਂ ਪਰ ਚੜਿਆ ਨਹੀਂ ਜੇ ਅਸੀਂ ਇਹ ਕੀ ਹੈ ਨਾ ਕਿ ਸਾਨੂੰ ਕੁਝ ਆ ਵੀ ਮਿਲ ਗਿਆ ਹੋਵੇ ਚਲੋ ਜੇ ਜੇ ਅਸੀਂ ਆਹ ਸੰਘਰਸ਼ ਜਿਹੜੇ ਮੌਜੂਦਾ ਸੰਘਰਸ਼ ਸਾਡੇ ਦਰਪੇਸ਼ ਪੈਂਦੇ ਨੇ ਕੋਈ ਰੋੜੀ ਤੁਹਾਡੇ ਕੋਲ ਬਿੱਲ ਆ ਗਿਆ ਕੋਈ ਬੋਲੀ ਦਾ ਐਕਟ ਆ ਗਿਆ ਕੋਈ ਕੁਝ ਹੋ ਗਿਆ ਹੈ ਕੋਈ ਆਨੰਦ ਮੈਰਿਜ ਐਕਟ ਹੋ ਗਿਆ ਜਾਂ ਕੁਝ ਐਸੇ ਐਕਟ ਹੋ ਗਏ ਜਿਨ੍ਹਾਂ ਨੂੰ ਸਿੱਖਾਂ ਨੂੰ ਲੜਨਾ ਪੈਂਦਾ ਜੇ ਸਾਨੂੰ ਉਹ ਸੰਘਰਸ਼ ਵੀ ਜਿਹੜੇ ਆ ਲੜਨੇ ਪਿੰਦੇ ਲੜਨੇ ਪਿੰਦੀ ਹੈ ਰੋਜ਼ ਮੇਰਾ ਤੇ ਤੁਸੀਂ ਮੈਨੂੰ ਦੱਸੋ ਅੱਜ ਤੱਕ ਕਿਹੜੇ ਸੰਘਰਸ਼ ਦੇ ਵਿੱਚ ਸਿੱਖਾਂ ਨੂੰ ਕਾਮਯਾਬੀ ਮਿਲੀ ਹੈ ਜੇ ਸਿੱਖਾਂ ਨੂੰ ਕਾਮਯਾਬੀ ਨਹੀਂ ਮਿਲੀ ਕਿਸੇ ਸੰਘਰਸ਼ ਤੇ ਵਿੱਚ ਤੇ ਫਿਰ ਸਾਨੂੰ ਇਹ ਮੰਨਣਾ ਚਾਹੀਦਾ ਨਾ ਕਿ ਅਸੀਂ ਸਿਰਫ ਤੇ ਸਿਰਫ ਆਪਣੀ ਊਰਜਾ ਵਿਰਥ ਗਵਾ ਰਹੇ ਹਾਂ ਨੌਜਵਾਨੀ ਗਵਾ ਰਹੇ ਹਾਂ ਊਰਜਾ ਗਵਾ ਰਹੇ ਹਾਂ ਤੇ ਜੰਗ ਉਹ ਲੜਨੀ ਚਾਹੀਦੀ ਹੈ ਬੰਦੇ ਨੂੰ ਜਿਹਦੇ ਵਿੱਚ ਜੇ ਊਰਜਾ ਜਾਂ ਨੌਜਵਾਨੀ ਸਾਡੀ ਲੱਗਦੀ ਹੈ ਘਟੋ ਘਟੋ ਦੇ ਨਤੀਜੇ ਤੇ ਨਿਕਲਣ ਸਾਡਾ ਰਾਹ ਤੇ ਸਾਫ ਹੋਵੇ ਸਾਨੂੰ ਇੱਕ ਟੀਚਰ ਤੇ ਪਤਾ ਹੋਵੇ ਨਾ ਕਿ ਸਾਡਾ ਹੱਲ ਆ ਆ ਸਾਡੀ ਮੁਸ਼ਕਲ ਦਾ ਜੇ ਸਾਨੂੰ ਹੱਲ ਦਾ ਨਹੀਂ ਪਤਾ ਸਾਡੀ ਮੁਸ਼ਕਲ ਦਾ ਹੱਲ ਕੀ ਸਾਡੀ ਮੁਸ਼ਕਲ ਤਾਂ ਸਾਨੂੰ ਸਾਨੂੰ ਸਾਡੀ ਮੁਸ਼ਕਲ ਗੁਲਾਮੀ ਹੈ ਤੇ ਅਸੀਂ ਬਿੱਲਾਂ ਵਾਸਤੇ ਲੜਦੇ ਫਿਰਿਏ ਸਾਡੇ ਤੇ ਬਿੱਲ ਥੋਪਣਾ ਹਕੂਮਤ ਦਾ 5 ਮਿੰਟ ਦਾ ਕੰਮ ਹੈ ਤੁਸੀਂ ਕੱਲ ਨੂੰ ਬਿੱਲ ਵਾਪਸ ਕਰਾ ਕੇ ਤੇ ਮੋੜਾਓ ਹਕੂਮਤ ਦੋ ਮਹੀਨੇ ਬਾਅਦ ਫਿਰ ਬਿੱਲ ਲਾਗੂ ਕਰਦੇ ਫਿਰ ਤੁਸੀਂ ਵਾਪਸ ਜਾ ਕੇ ਉੱਥੇ ਬਿੱਲ ਵਾਪਸ ਕਰਉਂਦੇ ਰਹੋਗੇ ਜਿਹੜੇ ਬੰਦੇ ਇਹ ਕਹਿੰਦੇ ਆ ਨਾ ਕਿ ਇਹ ਸਿੱਖੀ ਦਾ ਸੰਘਰਸ਼ ਨਹੀਂ ਉਹ ਬੰਦੇ ਉਹੀ ਕੰਮ ਕਰ ਰਹੇ ਆ ਕਿ ਸਿੱਖੀ ਲਗਾ ਕੇ ਕੋਈ ਨਾ ਕੋਈ ਅੱਜ ਉਸ ਸੰਘਰਸ਼ ਤੋਂ ਭੱਜ ਰਹੇ ਆ ਬਚ ਰਹੇ ਆ ਸੰਘਰਸ਼ ਤੋਂ ਤੇ ਜਦੋਂ ਬੰਦਾ ਸੰਘਰਸ਼ ਤੋਂ ਭੱਜਦਾ ਹੈ ਨਾ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਸੋ ਇਹ ਬੇਨਤੀਆਂ ਇੰਨੀਆਂ ਕਿ ਨੇ ਜੋ ਕੁਝ ਉੱਥੇ ਵਾਪਰ ਰਿਹਾ ਜਿਵੇਂ ਉੱਥੇ ਉਹ ਸਟੇਜ ਤੇ ਚੜੇ ਹੋਏ ਲੋਕ ਜਿਹੜੇ ਨੇ ਕਾਬਜ ਨੇ ਉਹ ਜਿਵੇਂ ਜਥੇ ਬੰਦੀਆਂ ਵਾਲੇ ਦੂਜੇ ਨੌਜਵਾਨਾਂ ਨਾਲ ਵਤੀਰਾ ਕਰ ਰਹੇ ਨੇ ਜਿੱਥੇ ਜੇ ਇਹ ਝੰਡੇ ਵਾਲੇ ਮਸਲੇ ਨੂੰ ਨਿਸ਼ਾਨ ਸਾਹਿਬ ਵਾਲੇ ਮਸਲੇ ਨੂੰ ਇਹ ਪੋਜੀਟਿਵਲੀ ਲੈਂਦੇ ਤੇ ਚੜ੍ਹਦੀ ਕਲਾ ਦਾ ਉਦੋਂ ਦਿੰਦੇ ਆਪਣਾ ਹੋਕਾ ਤੇ ਅੱਜ ਉਥੇ ਮੋਰਚੇ ਦੇ ਵਿੱਚ ਇੰਨੀ ਚੜ੍ਹਦੀ ਕਲਾ ਹੁੰਦੀ ਵੀ ਆਮ ਜਿਹੜੇ 30 35 ਗੁੰਡੇ ਆਣ ਕੇ ਕੁੱਟਣਦੇ ਆ ਨਾ ਲੋਕਾਂ ਨੂੰ 50 100 ਫੌਜ ਵੀ ਆਣ ਕੇ ਕੁਛ ਨਾ ਵਗੜ ਸਕਦੀ ਉੱਥੇ ਪਿਛਲੇ 2 ਮਹੀਨਿਆਂ ਤੋਂ ਜੇ ਹਕੂਮਤ ਨੇ ਤੁਹਾਨੂੰ ਹੱਥ ਨਹੀਂ ਲਾਇਆ ਉੱਥੇ ਬੈਠਿਆਂ ਨੂੰ ਤੇ ਉਹਦਾ ਕਾਰਨ ਇਹ ਸੀ ਵੀ ਹਕੂਮਤ ਨੂੰ ਲੱਗਦਾ ਸੀ ਵੀ ਇਹਦੇ ਚੋਂ ਸਿੱਖੀ ਵਾਲਾ ਮਸਲਾ ਨਾ ਐਸਕੇਲੇਟ ਹੋ ਜਾਏ ਕਿਤੇ ਸਿੱਖ ਨਾ ਇਸ ਚੀਜ਼ ਨੂੰ ਆਪਣੀ ਸਿੱਖ ਹਕੂਮਤ ਵੀ ਨੂੰ ਵੀ ਇਹ ਪਤਾ ਵਾ ਕਿ ਜੇ ਅਸੀਂ ਇਹਨੂੰ ਸਿੱਖ ਵਾਲਾ ਮਸਲਾ ਬਣਾਵਾਂਗੇ ਨਾ ਤੇ ਇਹ ਸਿੱਖ ਫਿਰ ਸਿੱਧੀ ਲੜਾਈ ਲੜਨਗੇ ਸਟੇਟ ਦੇ ਨਾਲ ਇਹ ਕਰਕੇ ਜਿਹੜੇ ਬੰਦੇ ਇਹ ਕਹਿੰਦੇ ਆ ਨਾ ਵੀ ਨਿਸ਼ਾਨ ਸਾਹਿਬ ਹਕੂਮਤ ਨੇ ਕਹਿ ਕੇ ਚਲਵਾਤਾ ਤੁਸੀਂ ਐਡੇ ਵੱਡੇ ਬੇਫਕੂਫ ਜੋ ਪੀ ਜਿਹੜੀ ਹਕੂਮਤ ਤੁਹਾਨੂੰ ਕਦੇ ਬਿੱਲਾਂ ਤੇ ਕਦੇ ਪਾਣੀਆਂ ਤੇ ਕਦੇ ਕਿਸੇ ਚੀਜ਼ ਤੇ ਕਦੇ ਕਿਸੇ ਚੀਜ਼ ਤੇ ਉਲਝਾ ਰਹੀ ਆ ਉਹ ਤੁਹਾਨੂੰ ਅਸਲ ਮੁੱਦਾ ਆਪ ਦੇ ਦੇ ਦੂਗੀ ਵੀ ਤੁਹਾਡਾ ਮੁੱਦਾ ਤੇ ਗੁਲਾਮੀ ਦਾ ਮੁੱਦਾ ਹੈ ਜਿਹੜੀ ਹਕੂਮਤ ਨੇ ਕਰੋੜਾਂ ਅਰਬਾ ਰੁਪਏ ਖਰਚ ਕੇ ਤੁਹਾਡੀ ਇੱਕ ਰੀ ਨਸਲ ਕੁਸ਼ੀ ਕਰਕੇ ਤੇ ਨਿਰੰਤਰ ਜਿਹੜੀ ਨਸਲ ਕੁਸ਼ੀ ਜਾਰੀ ਹੈ ਹੈ ਉਹ ਤੁਹਾਨੂੰ ਇਹ ਚੀਜ਼ ਭਲਾਈ ਹੈ ਵੀ ਨਹੀਂ ਤੁਸੀਂ ਦੇਖੋ ਜੀ ਆਜ਼ਾਦੀ ਦੀ ਗੱਲ ਨਹੀਂ ਕਰ ਰਹੇ ਬਾਕੀ ਬਿੱਲਾਂ ਦੀ ਗੱਲ ਕਰੋ ਜਿਹੜੀ ਮਰਜ਼ੀ ਗੱਲ ਕਰੋ ਉਹ ਹਕੂਮਤ ਨਿਸ਼ਾਨ ਸਾਹਿਬ ਚਲਾ ਕੇ ਲਾਲ ਕਿਲੇ ਦੇ ਉੱਤੇ ਤੇ ਹੋ ਸਕਦਾ ਬਿੱਲਾਂ ਦਾ ਕੋਈ ਨੁਕਸਾਨ ਵੀ ਹੋ ਜੇ ਤੁਹਾਨੂੰ ਕੀ ਲੱਗਦਾ ਵੀ ਇਹ ਚੀਜ਼ ਜਿਹੜੀ ਹਕੂਮਤ ਕਰੂਗੀ ਇਹ ਇਹ ਜਿਹੜੀ ਗੱਲ ਹੈ ਨਾ ਇਹ ਗੱਲਾਂ ਸਾਨੂੰ ਕਿਤੇ ਨਾ ਕਿਤੇ ਜਾ ਕੇ ਇਹ ਜਿੰਨੇ ਚਿਰ ਅਸੀਂ ਸਮਝਦੇ ਨਹੀਂ ਇਹਨਾਂ ਗੱਲਾਂ ਨੂੰ ਉਹਨਾਂ ਚਿਰ ਅਸੀਂ ਨਿਰੰਤਰ ਉਸ ਰਾਹ ਤੇ ਤੁਰ ਰਹੇ ਹਾਂ ਜਿੱਥੇ ਸਾਡਾ ਕੋਈ ਕੰਟਰੋਲ ਨਹੀਂ ਨਾ ਅਸੀਂ ਕਦੀ ਕੰਟਰੋਲ ਲੈ ਸਕਾਂਗੇ ਚੀਜ਼ਾਂ ਦਾ 2 ਫੀਸਦੀ ਆਬਾਦੀ ਹੋਣ ਦੇ ਨਾਲ ਤੇ ਲੋਕਤੰਤਰ ਕੀ ਹੈ ਲੋਕਤੰਤਰ ਦੇ ਵਿੱਚ ਗਿਣਤੀ ਜਿਹੜੀ ਹੈ ਉਹ ਤੈ ਕਰਦੀ ਹੈ ਕਿ ਕੀ ਹੋਣਾ ਕੀ ਨਹੀਂ ਹੋਣਾ ਸਿੱਖਾਂ ਦਾ ਕੀ ਰੀਤੀ ਰਿਵਾਜ ਨੇ ਉਹ ਤੁਸੀਂ ਪੂਰੀ ਦੁਸ਼ਤੇ ਲਾਗੂ ਨਹੀਂ ਕਰ ਸਕਦੇ 2% ਜੋ ਤੁਸੀਂ ਤੁਸੀਂ ਪਰ ਜਿਹੜੇ ਜਿਹੜੇ 80% ਹਿੰਦੂ ਨੇ ਉਹਨਾਂ ਦੇ ਰੀਤੀ ਰਿਵਾਜ ਜੋ ਤੁਹਾਡੇ ਤੇ ਵੀ ਲਾਗੂ ਹੋ ਰਹੇ ਨੇ ਉਹ ਤੁਹਾਨੂੰ ਵੀ ਮਜਬੂਰ ਕੀਤਾ ਜਾ ਰਿਹਾ ਵੀ ਤੁਸੀਂ ਉਹਨਾਂ ਦੇ ਰੀਤੀ ਰਿਵਾਜਾਂ ਦੇ ਚੱਲੋ ਮਤਲਬ ਜਿਹੜਾ ਮੈਜੋਰਟੀ ਵਾਲਾ ਬੰਦਾ ਹੈ ਜਿਹੜੀ ਮੈਜੋਰਟੀ ਘੱਟ ਗਿਣਤੀ ਕੌਮ ਹੈ ਉਹ ਡੈਮੋਕ੍ਰੈਟਿਕ ਢਾਂਚੇ ਦੇ ਵਿੱਚ ਉਹਦਾ ਇਹੋ ਹੀ ਸ਼ੁਰੂ ਹੁੰਦਾ ਹੈ ਤੁਹਾਡੇ ਚ ਕਿੰਨੇ ਵੀ ਗੁੜ ਹੋਣ ਤੁਸੀਂ ਕਿੰਨੇ ਵੀ ਬਰਾਦਰ ਹੋ ਪਰ ਤੁਹਾਡੇ ਤੇ ਰਾਜੋ ਲੋਕ ਕਰਨਗੇ ਜਿਨ੍ਹਾਂ ਦੀ ਗਿਣਤੀ ਜ਼ਿਆਦਾ ਹੈ ਤੇ ਜ਼ਰੂਰੀ ਨਹੀਂ ਨਾ ਗਿਣਤੀ ਜ਼ਿਆਦਾ ਵਾਲੇ ਲੋਕ ਕੁਆਲਟੀ ਦੇ ਲੋਕ ਹੋਣ ਅਕਸਰ ਜਿਹਨਾਂ ਦੀ ਗਿਣਤੀ ਘੱਟ ਹੈ ਉਹਨਾਂ ਲੋਕਾਂ ਦੀ ਕੁਆਲਟੀ ਜ਼ਿਆਦਾ ਹੁੰਦੀ ਹੈ ਸੋ ਇਸ ਕਰਕੇ ਇਹ ਇਹ ਜਿਹੜਾ ਮਸਲਾ ਹੈ ਇਹਨੂੰ ਹੋਣ ਦਾ ਤੇ ਮਸਲਾ ਹੈ ਹੋਣ ਦਾ ਮਸਲਾ ਸਾਰਾ ਹੀ ਹੈ ਸਾਡਾ ਇਹ ਇਕੱਲਾ ਇਹ ਮਸਲਾ ਸਾਡੀ ਹੋਣਦਾ ਨਹੀਂ ਹੋਣਦੇ ਸਾਡੇ ਸਾਰੇ ਮਸਲੇ ਨੇ ਜਿੰਨੇ ਵੀ ਹੈਗੇ ਨੇ ਭਾਵੇਂ ਉਹ ਪਾਣੀਆਂ ਦਾ ਮੁੱਦਾ ਹੈ ਕਿਸੇ ਤੋਂ ਬਿਨਾ ਵੀ ਸਾਡੀ ਨਸਲ ਕੁਸ਼ੀ ਹੋ ਰਹੀ ਹੈ ਲਗਾਤਾਰ ਭਾਵੇਂ ਉਹ ਨਸ਼ੇ ਦਾ ਮੁੱਦਾ ਹੈ ਭਾਵੇਂ ਉਹ ਸਾਡੇ ਨੌਜਵਾਨ ਵਿਦੇਸ਼ਾਂ ਚ ਜਾ ਰਹੇ ਨੇ ਉਹਦਾ ਮੁੱਦਾ ਹੈ ਜਦੋਂ ਸਾਰੇ ਮੁੱਦੇ ਹੀ ਸਾਡੇ ਹੋਣਦੇ ਮੁੱਦੇ ਨੇ ਤੇ ਘਟੋ ਘਟ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਜਿਹੜਾ ਉਹ ਜੜ ਨੂੰ ਫੜੀਏ ਜਿਹੜੀ ਜਿਹੜੀ ਮੁਸ਼ਕਲ ਸਾਨੂੰ ਪੈਦਾ ਕਰ ਰਹੀ ਹੈ ਰੋਜ ਦਿਹਾੜੀ ਕਦੇ ਇੱਥੇ ਖੱਜਲ ਹੋਈਏ ਕਦੇ ਆਮ ਆਦੀ ਪਾਰਟੀ ਪਿੱਛੇ ਲੱਗੀਏ ਕਦੇ ਕਦੇ ਉਹਦੇ ਪਿੱਛੇ ਲੱਗ ਜੀਏ ਕਦੇ ਬਿੱਲਾਂ ਦੇ ਪਿੱਛੇ ਉੱਥੇ ਤੁਰੇ ਫਰੀਏ ਮੈਂ ਨਹੀਂ ਕਹਿੰਦਾ ਵੀ ਬਿੱਲ ਵਾਪਸ ਨਾ ਕਰਾਓ ਤੁਸੀਂ ਉੱਥੇ ਹਾਰ ਕੇ ਆ ਜੋ ਜਾਂ ਕੁਝ ਕਰਕੇ ਆ ਜੋ ਮੈਂ ਸਿਰਫ ਇਹ ਕਹਿ ਰਿਹਾ ਕਿ ਕੀ ਇਹ ਬਿੱਲ ਵਾਪਸ ਕਰਾਉਣ ਨਾਲ ਸਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਸਾਡੀ ਹੋਂਦ ਬਚ ਜੇਗੀ ਨਹੀਂ ਸਰਕਾਰ ਇਹ ਉਹ ਹਮਲਾ ਹੈ ਜਿਹੜਾ ਹਜੇ ਸਾਡੇ ਤੇ ਲਾਗੂ ਨਹੀਂ ਹੋਇਆ ਪਰ ਅਸੀਂ ਇੰਨਾ ਜ਼ੋਰ ਇਹਦੇ ਤੇ ਲਾ ਦਿੱਤਾ ਹੈ ਦੇ ਜੇ ਅਸੀਂ ਪਰਜਕਰ ਸਰਕਾਰ ਵਾਪਸ ਆ ਜਾਂਦੀ ਤਾਂ ਸਾਨੂੰ ਇਦਾਂ ਲੱਗ ਜਣਾ ਅਸੀਂ ਫਤੇ ਬੜੀ ਤਕੜੀ ਹਾਸਲ ਕਰ ਲਈ ਪਰ ਜ਼ਮੀਨੀ ਆਧਾਰ ਦੇ ਉੱਤੇ ਬਦਲਿਆ ਕੀ ਹੈ ਇਹ ਚੀਜ਼ ਤਾਂ ਪਹਿਲਾਂ ਹੈ ਨਹੀਂ ਸੀ ਬਿੱਲ ਇਹ ਤੋਂ ਪਹਿਲਾਂ ਕਿਸਾਨ ਬਹੁਤ ਖੁਸ਼ਹਾਲ ਸੀ ਇਹ ਤੋਂ ਪਹਿਲਾਂ ਨੌਜਵਾਨ ਨਸ਼ੇ ਨਹੀਂ ਕਰਦੇ ਜੰਨੋਂ ਜੰਨੋਂ ਬਾਹਰ ਨਹੀਂ ਜਾ ਰਹੇ ਮਤਲਬ ਜਿਹੜਾ ਜਦੋਂ ਬੰਦਾ ਗੁਲਾਮ ਹੋਵੇ ਨਾ ਸਰਕਾਰ ਨੂੰ ਪਤਾ ਵਾ ਵੀ ਇਹਨਾਂ ਦੇ ਛੋਟੇ ਛੋਟੇ ਮਸਲੇ ਇਹਨਾਂ ਦੇ ਗੱਲ ਪਾਉਂਦੇ ਰਹੋ ਤਾਂ ਜੋ ਇਹ 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 ਬੰਦੇ ਜਿਹੜੇ ਹਨਾ ਇਹ ਬੰਦੇ ਪੂਰਨ ਆਜ਼ਾਦੀ ਵੱਲ ਨਾ ਜਾਣ ਇਹ ਮੰਜ਼ਲ ਤੇ ਪਹੁੰਚ ਨਹੀਂ ਸਕਣ ਮੰਜ਼ਲ ਦੇ ਰਾਜ ਛੋਟੀਆਂ ਛੋਟੀਆਂ ਮੁਸ਼ਕਲਾਂ ਨੇ ਦੀਆਂ ਖੜੀ ਕਰ ਛਡੋ ਹਮੇਸ਼ਾ ਜਿੰਨਾ ਚਿਰ ਤੁਹਾਡੇ ਹੱਥ 'ਚ ਕੰਟਰੋਲ ਨਹੀਂ ਚੀਜ਼ਾਂ ਨੂੰ ਕਾਨੂੰਨ ਕਾਇਦੇ ਬਣਾਉਣ ਦਾ ਕੰਟਰੋਲ ਨਹੀਂ ਹੈਗਾ ਤੁਹਾਡੇ ਹੱਥ 'ਚ ਤੁਸੀਂ ਉਹਨਾਂ ਚਿਰ ਉਹਨਾਂ ਦੀਆਂ ਛੁੱਟੀਆਂ ਹੋਈਆਂ ਬੁਰਕੀਆਂ ਦੇ ਪਿੱਛੇ ਲੜੋਗੇ ਨਾ ਤੁਹਾਡੇ ਤੇ ਕੋਈ ਕਦੀ ਕੋਈ ਫਿਲਮ ਬਣਾ ਦਿੰਦਾ ਐਨੀਮੇਟਡ ਫਿਰ ਅਸੀਂ ਉਹਦੇ ਵਿਰੋਧ ਵਿਰੋਧ ਕਰਦੇ ਹਾਂ ਪਰ ਅਸੀਂ ਅਸੀਂ ਸਿਰਫ ਉਹ ਜੰਗਾਂ ਲੜ ਰਹੇ ਹਾਂ ਜਿਹੜੀਆਂ ਹਕੂਮਤ ਸਾਡ ਨੂੰ ਲੜਾ ਰਹੀ ਹੈ ਅਸੀਂ ਉਹ ਜੰਗ ਨਹੀਂ ਲੜ ਰਹੇ ਜਿਹੜੀ ਸਾਨੂੰ ਲੜਨੀ ਚਾਹੀਦੀ ਹੈ ਘੁਮਤ ਦੇ ਖਿਲਾਫ ਜਿਹੜੀ ਜਿਹੜੀ ਸਾਨੂੰ ਜਿਹੜੀ ਜੰਗ ਲੜਨ ਤੋਂ ਬਿਨਾ ਅਸੀਂ ਸਾਡਾ ਗੁਜ਼ਾਰਾ ਨਹੀਂ ਬਿਲਕੁਲ ਕਲੀਅਰ ਬਾਈ ਜਿਹੜਾ ਇਹ ਇਹ ਗੱਲ ਹੈ ਨਾ ਵੀ ਜਿਹੜੇ ਲੋਕ ਮੈਂ ਨਹੀਂ ਕਹਿੰਦਾ ਕਿ ਇਹ ਹੋਣ ਦਾ ਮਸਲਾ ਨਹੀਂ ਪਰ ਮੈਂ ਇਹ ਕਹਿਣਾ ਵੀ ਕੱਲਾ ਇਹੋ ਹੀ ਹੋਣ ਦਾ ਮਸਲਾ ਹੈ ਜੇ ਕੱਲਾ ਇਹੋ ਹੀ ਹੋਣ ਦਾ ਮਸਲਾ ਹੈ ਫਿਰ ਇਹਦੇ ਪਿੱਛੇ ਬਹੁਤ ਕੁਝ ਕੀਤਾ ਜਾ ਸਕਦਾ ਪਰ ਜੇ ਇੱਕ ਇਹ ਇੱਕ ਉਹਨਾਂ ਮਸਲਿਆਂ ਦੇ ਵਿੱਚੋਂ ਇੱਕ ਹੋਣ ਦਾ ਮਸਲਾ ਹੈ ਤੇ ਫਿਰ ਸਾਡੇ ਬਾਕੀ ਹੋਣ ਦੇ ਮਸਲਿਆਂ ਦੀ ਗੱਲ ਕਰਨ ਲੱਗੇ ਅਸੀਂ ਕਿਉਂ ਝੱਕਦੇ ਆ ਤੇ ਜੇ ਕੋਈ ਬੰਦਾ ਇਹ ਲਿਖਤੀ ਗਾਰੰਟੀ ਦਿੰਦਾ ਵੀ ਬਿੱਲ ਵਾਪਸ ਕਰਾਉਣ ਨਾਲ ਸਾਡੀ ਹੋਂਦ ਬਚ ਜਾਂਦੀ ਹੈ ਤੇ ਫਿਰ ਮੈਂ ਇਹ ਗੱਲ ਦਵੇ ਨਾ ਕਿੰਨਾ ਵੀ ਇਸੇ ਮਸਲੇ ਦੇ ਉੱਤੇ ਬਹੁਤ ਵੱਡੀਆਂ ਕੁਰਬਾਨੀਆਂ ਕਰ ਦੇਣੀ ਚਾਹੀਦੀਆਂ ਕੋਈ ਮਸਲਾ ਨਹੀਂ ਹੈ ਡਰ ਜਾਣਾ ਜਿਹੜੀ ਕੌਮ ਨੇ ਜਦੋਂ ਕੌਮ ਡਰਦੀ ਹੈ ਨਾ ਜਦੋਂ ਕੌਮ ਚ ਡਰ ਹਿਰਦੇ ਚ ਡਰ ਬਹਿ ਜਾਂਦਾ ਗੁਲਾਮੀ ਪੈਠ ਜਾਂਦੀ ਹੈ ਉਹ ਕੌਮ ਅਕਸਰ ਇਦਾਂ ਦੀਆਂ ਗੱਲਾਂ ਕਰਨ ਲੱਗ ਪੈਂਦੀ ਜਦੋਂ ਤੁਹਾਨੂੰ ਪਤਾ ਹੈ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ ਸਨ ਤੇ ਮਾਵਾਂ ਉਹ ਲੋ ਕਹਿੰਦੀਆਂ ਸੀ ਨਾ ਵੀ ਤੂੰ ਸਿੱਖ ਨਾ ਬਣੀ ਆਪਣੇ ਬੱਚਿਆਂ ਨੂੰ ਇਹ ਜਿਹੜੀਆਂ ਚੀਜ਼ਾਂ ਨੇ ਇਹ ਨਹੀਂ ਵੀ ਸਿੱਖ ਬਣਨਾ ਗਲਤ ਸੀ ਪਰ ਮਾਵਾਂ ਡਰਦੀਆਂ ਸਨ ਉਹਨਾਂ ਦੇ ਦਿਲ ਚ ਡਰ ਬਹਿ ਗਿਆ ਇਦਾਂ ਜਦੋਂ ਨਿਸ਼ਾਨ ਸਾਹਿਬ ਕਿਸੇ ਨੇ ਚੁਲਾ ਦਿੱਤਾ ਉੱਥੇ ਤੇ ਅਸੀਂ ਆਪ ਹੀ ਡਰ ਗਏ ਸਾਰੇ ਜਣੇ। ਹਕੂਮਤ ਨੇ ਇਹ ਚੀਜ਼ ਤੁਹਾਡੇ ਡਰ ਚੋਂ ਹੀ ਫੜਦੀ ਏ। ਜੇ ਤੁਸੀਂ ਡਰਨ ਦੀ ਬਜਾਏ ਉਹਨੂੰ ਚੜ੍ਹਦੀ ਕਲਾ ਚ ਲਿਆ ਹੁੰਦਾ ਤੇ ਹਕੂਮਤ ਨੇ ਇਹ ਨਹੀਂ ਸੀ ਕਹਿਣਾ ਵੀ ਸਾਡੇ ਤਰੰਗੇ ਦੀ ਬੇਦਬੀ ਹੋਊ ਕਿੰਦੀ ਵੇਂਦੀ ਸਾਨੂੰ ਕੀ ਫਰਕ ਪੈਂਦਾ। ਇਹ ਤੇ ਗੱਲਾਂ ਹਕੂਮਤ ਦੇ ਮੂੰਹ ਚ ਜਥੇਬੰਦੀਆਂ ਨੇ ਪਾਈਆਂ ਨੇ ਨਾ। ਜਿਹੜਾ ਕਿਸੇ ਨੂੰ ਕੰਟਰੋਲ ਕਰ ਲੈਣ ਦੀ ਸ਼ਮਤਾ ਕਿਸੇ ਚ ਹੁੰਦੀ ਹੈ ਨਾ। ਉਹ ਬੜੀ ਵੱਡੀ ਚੀਜ਼ ਹੈ। ਉੱਥੇ ਜਿਹੜੇ ਨੌਜਵਾਨ ਗਏ ਸੀ ਨਾ ਜਿੰਨੇ ਵੀ ਉੱਥੇ ਬੈਠੇ ਆ ਜਾਂ ਗਏ ਸੀ ਪਹਿਲਾਂ ਉਹ ਬੜੀ ਉਹਨਾਂ ਕੋਲ ਤਾਕਤ ਹੈ। ਉਹ ਗੁਰੂ ਦਾ ਆਡਰਾਸਰਾ ਲੈ ਕੇ ਉਹਨਾਂ ਕੋਲ ਬਹੁਤ ਵੱਡੀ ਤਾਕਤ ਹੈ ਉਹਨਾਂ ਦੇ ਅੰਦਰ। ਪਰ ਜਿਹੜੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਵਰਤਣਾ ਹੈ ਆਗੂ ਨੇ ਉਹ ਨਪੁੰਸਕ ਨੇ ਉਹਨਾਂ ਦੇ ਬੱਲੇ ਕੁਝ ਨਹੀਂ। ਮਤਲਬ ਉਹਨਾਂ ਨੇ ਅਜੇ ਤੱਕ ਉਹ ਮਰਦਾਂ ਵਾਲੀ ਗੱਲ ਹੀ ਨਹੀਂ ਕੀਤੀ। ਨਾ ਮਰਦਿਆਂ ਵਾਲੀਆਂ ਗੱਲਾਂ ਸਾਰੀਆਂ ਨੇ। ਜੇ 2-3 ਲੱਖ ਟਰੈਕਟਰ ਪੰਜਾਬ ਤੋਂ ਮਗਾ ਕੇ ਤੇ ਫਿਰ ਹਕੂਮਤ ਦੇ ਦਬਾਅ ਚ ਆਣ ਕੇ ਰੂਟ ਬਦਲਦੇ ਨੇ। ਇਹ ਤੁਹਾਨੂੰ ਕੀ ਲੱਗਦਾ ਵੀ ਇਹ ਇਹ ਨੌਜਵਾਨਾਂ ਦੇ ਵਿੱਚ ਇਹਦਾ ਕੀ ਮੈਸੇਜ ਜਾਣਾ ਸੀ? ਜ਼ਰੂਰੀ ਨਹੀਂ ਹਰ ਨੌਜਵਾਨ ਤੁਹਾਨੂੰ ਬੋਲ ਕੇ ਦੱਸੇ। ਇਹ ਇਹੋ ਹੀ ਗੱਲ ਹੁੰਦੀ ਹੈ ਵੀ ਜਦੋਂ ਬੰਦਾ ਇੰਨਾ ਡਰ ਜਾਵੇ ਨਾ। ਫੋਰ ਐਗਜ਼ਾਮਪਲ ਤੁਹਾਨੂੰ ਮੈਂ ਇੱਕ ਉਦਾਹਰਣ ਦਿੰਨਾ ਵੀ ਤੁਹਾਡੇ ਘਰ ਦੇ ਵਿੱਚ ਕੋਈ ਕਾਤਲ ਜਾਂ ਚੋਰ ਆ ਜਾਵੇ। ਤੁਸੀਂ ਲੁਕੇ ਹੋ ਕਿਤੇ? ਹੂੰ। ਤੁਹਾਨੂੰ ਆਪਣੀ ਜਾਨ ਦਾ ਖਤਰਾ ਹੈ, ਜਾਨ ਦਾ ਭੈ ਹੈ। ਤੇ ਜੇ ਕੋਈ ਦੂਜਾ ਬੰਦਾ ਵੀ ਸ਼ੋਰ ਕਰਨ ਲੱਗੇ ਨਾ ਦੂਜਾ ਬੰਦਾ ਵੀ ਕੋਈ ਗੱਲ ਕਰਨ ਲੱਗੇ ਤੁਸੀਂ ਉਹਨੂੰ ਫੜ ਕੇ ਤੇ ਲੰਮਾ ਪਾ ਲੋਗੇ ਵੀ ਨਹੀਂ ਤੂੰ ਬੋਲਣਾ ਨਹੀਂ ਵੀ ਤੇਰਾ ਕਰਕੇ ਮੇ ਮੈਨੂੰ ਮੈਂ ਵੀ ਮਰੂੰਗਾ ਤੇ ਹੁੰਦਾ ਵੀ ਇਹੋ ਹੀ ਹੈ ਅੱਜ ਜੇ ਕਿਸੇ ਨੇ ਨਿਸ਼ਾਨ ਸਾਹਿਬ ਚਲਾਤਾ ਤੇ ਤੁਸੀਂ ਆਪਣੀ ਜਾਨ ਦੇ ਡਰ ਦੇ ਵਿੱਚ ਉਹਨੂੰ ਕ੍ਰਿਟਿਸਾਈਜ਼ ਕਰੀ ਜਾਂਦੇ ਜੋ ਵੀ ਮਤਲਬ ਨਹੀਂ ਤੂੰ ਇਦਾਂ ਨਹੀਂ ਤੂੰ ਇਦਾਂ ਨਹੀਂ ਕਰਨਾ ਚਾਹੀਦਾ ਤੈਨੂੰ ਸੋ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਬਾਕੀ ਸੰਘਰਸ਼ਨਾ ਤੇ ਇਹ ਪਹਿਲਾ ਤੇ ਨਾ ਆਖਰੀ ਹੈ ਪਿਛਲੇ ਪੰਜ ਸੰਘਰਸ਼ਾਂ ਦੇ ਵਿੱਚ ਸਾਡੇ ਬੜੇ 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 ਵਿਦਵਾਨ ਵੀ ਜਿਹੜੇ ਸੀ ਨਾ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਵਿਦਵਾਨ ਮੰਨਦੇ ਸੀ ਉਹਨਾਂ ਨੇ ਵੀ ਏਡਾ ਭਲੇਖਾ ਖਾ ਲਿਆ ਵੀ ਉਹਨਾਂ ਨੂੰ ਵੀ ਲੱਗਾ ਵੀ ਇਹੋ ਹੀ ਸੰਘਰਸ਼ ਸਾਡਾ ਆਖਰੀ ਸੰਘਰਸ਼ ਹੈ ਭਾਵ ਸਾਰੀ ਊਰਜਾ ਆਪਣੀ ਉਹਨਾਂ ਸੰਘਰਸ਼ਾਂ ਚ ਲਾ ਦਿੱਤੀ ਜਿਹੜੇ ਹਕੂਮਤ ਵਾਸਤੇ ਬਹੁਤ ਛੋਟੀਆਂ ਚੀਜ਼ਾਂ ਨੇ ਜਿਵੇਂ ਆਮ ਆਦਮੀ ਪਾਰਟੀ ਦਾ ਮਸਲਾ ਆਇਆ ਸਾਡੇ ਪ੍ਰਚਾਰਕਾਂ ਤੋਂ ਲੈ ਕੇ ਧਰਮ ਪ੍ਰਚਾਰਕਾਂ ਤੋਂ ਲੈ ਕੇ ਦੂਜੇ ਬੰਦਿਆਂ ਤੋਂ ਲੈ ਕੇ ਉਹ ਸਾਰੇ ਬੰਦੇ ਉਸ ਪਾਸੇ ਨੂੰ ਤੁਰ ਪਏ ਜੇ ਪ੍ਰਗਾੜੀ ਦਾ ਮਸਲਾ ਬਣਿਆ ਬਾਅਦ ਵਿੱਚ ਉਹਦੇ ਚ ਸਰਬੱਤ ਖਾਲਸੇ ਦਾ ਮਸਲਾ ਬਣਿਆ ਮਤਲਬ ਉਹਨਾਂ ਦੇ ਆਗੂਆਂ ਦੇ ਬਿਆਨ ਹੈ ਸਾਡੇ ਅੰਦੇ ਵੀ ਇਹ ਨਾ ਅਸੀਂ ਜਿੱਤੇ ਤੇ 100 150 ਸਾਲ ਪਿਛੇ ਚੱਲ ਜਾਾਂਗੇ ਅਸੀਂ ਮਤਲਬ ਕਿੰਨੇ ਨਾਸ਼ੁਕਰੇ ਵਾਲੀਆਂ ਗੱਲਾਂ ਵੇ ਜਿਹਨੂੰ ਗੁਰੂ ਤੇ ਭਰੋਸਾ ਨਹੀਂ ਵੀ ਜੇ ਅੱਜ ਅਸੀਂ ਆਹ ਚ ਗਰਛਣਾ ਜਿੱਤੇ ਤੇ ਖਣੀ ਸਾਨੂੰ ਸੰਘਰਸ਼ ਕਰਨ ਦਾ ਮੌਕਾ ਨਹੀਂ ਮਿਲਣਾ ਤੁਸੀਂ ਇਹ ਸੋਚੋ ਵੀ ਸਾਡੇ ਬਜ਼ੁਰਗਾਂ ਨੇ ਸਦੀਆਂ ਪਰ ਜੰਗਲਾਂ 'ਚ ਕਿਦਾਂ ਕੱਟੇ ਹੋਣਗੇ ਇੰਨੀ ਜੇ ਅੱਜ ਅਸੀਂ ਅੱਜ ਇੱਥੇ ਬੈਠਿਆ ਬਿਠਾਇਆ ਮਾਇੂਸ ਹੋ ਜਾਂਦੇ ਆ ਇਹ ਗੱਲਾਂ ਜਿਹੜੀਆਂ ਨੇ ਨਾ ਇਹਨਾਂ ਤੋਂ ਇਹਨਾਂ ਤੋਂ ਸਾਨੂੰ ਕਿਤੇ ਨਾ ਕਿਤੇ ਸੋਚਣਾ ਚਾਹੀਦਾ ਵੀ ਗੁਰੂ ਸਾਹਿਬ ਸਮਰੱਥ ਨੇ ਜਦੋਂ ਅਸੀਂ ਇਹ ਸੋਚ ਸਮਝ ਲਿਆ ਵੀ ਗੁਰੂ ਸਾਹਿਬ ਸਮਰੱਥ ਨੇ ਉਹ ਰਾਜ ਦੇ ਵੀ ਸਕਦੇ ਨੇ ਉਹ ਰਾਜ ਬਖਸ਼ ਵੀ ਸਕਦੇ ਨੇ ਤੇ ਫਿਰ ਇਹ ਗੱਲਾਂ ਕਰਨੀਆਂ ਫਿਰ ਬੰਦਾ ਇਹ ਗੱਲ ਨਹੀਂ ਕਰਦਾ ਵੀ ਯਾਰ ਇੱਥੋਂ ਅਸੀਂ ਮੁੜ ਗਏ ਤੇ ਅਸੀਂ ਫਿਰ 200 ਸਾਲ ਪਿੱਛੇ ਜਾਵੜਾਂਗੇ ਜੇ ਇਸ ਪਰਜ ਕੋ ਅਸੀਂ ਬਿੱਲ ਵਾਪਸ ਕਰਾ ਕੇ ਚੱਲ ਗਏ ਫਿਰ ਹਾਲਾਤਾਂ 'ਚ ਕੀ ਫਰਕ ਪਿਆ ਸਾਡੀਆਂ 'ਚ ਤੇ 200 ਸਾਲ ਪਿੱਛੇ ਜਨ ਵਾਲੀ ਗੱਲ ਕਿਉਂ ਕਰਦੇ ਆਪਾਂ ਇਹ ਮਾਨਸਿਕ ਗੁਲਾਮੀ ਹੈ ਜਿਹੜੀ ਬੰਦੇ ਦੀ ਜਿਹੜੀ ਮਨ 'ਚ ਗੁਲਾਮੀ ਹੋਵੇ ਨਾ ਉਹ ਬਚਦਾ ਹੈ ਉਹ ਲੁਕਣਾ ਚਾਹੁੰਦਾ ਹੈ ਉਹ ਲੁਕ ਕੇ ਦਿਨ ਕੱਟ ਲੈਣਾ ਕੱਟਣਾ ਚਾਹੁੰਦਾ ਹੈ ਉਹ ਕਦੀ ਆਪਣੇ ਡਰ ਜਿੱਤ ਤੁਹਾਨੂੰ ਡਰ ਲੱਗਦਾ ਉਹਨੂੰ ਕਨਫਰੰਟ ਨਹੀਂ ਕਰਦਾ ਤੇ ਇਹ ਸਚਾਈ ਹੈ ਦੁਨੀਆ ਦੀ ਵੀ ਜਿੰਨਾ ਚਿਰ ਤੁਸੀਂ ਜਿੱਤੋਂ ਡਰਦੇ ਜੋ ਉਹਨੂੰ ਕਨਫਰੰਟ ਨਹੀਂ ਕਰਦੇ ਉਹਦੇ ਸਾਹਮਣੇ ਨਹੀਂ ਜਾ ਕੇ ਖੜਦੇ ਉਹਨਾਂ ਚੋਂ ਤੁਹਾਡੇ ਮਨ ਚੋਂ ਡਰ ਨਿਕਲਦਾ ਨਹੀਂ ਇਸ ਚੀਜ਼ ਦਾ ਤੋਂ ਅਸੀਂ ਹਜ਼ਾਰਾਂ ਮਤਲਬ ਸਾਲ ਲੋਕ ਕੱਟ ਲੋ ਕੰਮ ਕਈ ਕਮਾ ਹਜ਼ਾਰਾਂ ਹਜ਼ਾਰ ਸਾਲ ਸੰਘਰਸ਼ ਤੋਂ ਬਚਦੀਆਂ ਗੁਲਾਮੀ ਕੱਟਦੀਆਂ ਨੇ ਕਈ ਕਮਾ ਨੇ 5-5000 ਦੀ ਗੁਲਾਮੀ ਕੱਟੀ ਹੈ ਸਿਰਫ ਸੰਘਰਸ਼ ਤੋਂ ਬਚਦੇ ਸਨ ਬਚਣਾ ਚਾਹੁੰਦੇ ਸਨ ਤੇ ਜਿਹੜੀਆਂ ਕੌਮਾਂ ਨੇ ਸੰਘਰਸ਼ ਤੋਂ ਨਹੀਂ ਨਾ ਬਚਣਾ ਚਾਇਆ ਗਦੀ ਉਹਨਾਂ ਦੇ ਸਿਰ ਤੇ ਵੀ ਇਹ ਨਹੀਂ ਵੀ ਗੁਲਾਮੀ ਨਹੀਂ ਆਈ ਪਰ ਆਈ ਹੈ ਉਹਨਾਂ ਨੇ ਗੁਲਾਮੀ ਆਪਣੀ ਨੂੰ ਦੂਰ ਕਰ ਲਿਆ ਉਹਨਾਂ ਰਾਜ ਦੀ ਪ੍ਰਾਪਤੀ ਕਰ ਲਈ ਹੈ ਇਹ ਇਹ ਜ਼ਰੂਰੀ ਨਹੀਂ ਵੀ ਹਰ ਸਿੱਖ ਜਿਹੜਾ ਵੈਸੇ ਆਮ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਬੜਾ ਚੜ੍ਹਦੀ ਕਲਾ ਵਾਲਾ ਬੰਦਾ ਤੇ ਉਹ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਉਦੋਂ ਵੀ ਚੜ੍ਹਦੀ ਕਲਾ ਦਾ ਪਕਟਾਵਾ ਕਰੇ ਉਹ ਤੋਂ ਆਪਣੇ ਮੂਲ ਦਾ ਪਕਟਾਵਾ ਕਰਦਾ ਜੇ ਉਹ ਅੰਦਰੋਂ ਗੁਲਾਮ ਹਤ ਗੁਲਾਮੀ ਦਾ ਪਕਟਾਵਾ ਕਰੂਗਾ ਜਿਹੜੇ ਬੰਦਿਆਂ ਨੂੰ ਕੱਲ ਨਿਸ਼ਾਨ ਸਾਹਿਬ ਝੁਲਿਆ ਤੇ ਜਿਹੜੇ ਬੰਦੇ ਨੂੰ ਮਾਣ ਮਹਿਸੂਸ ਹੋਇਆ ਉਹਨਾਂ ਵਾਸਤੇ ਬਿਲਕੁਲ ਚੀਜ਼ ਨਹੀਂ ਉਹਨਾਂ ਵਾਸਤੇ ਉਹਨਾਂ ਨੂੰ ਪਤਾ ਹੈ ਉਹਨਾਂ ਵਾਸਤੇ ਸਿੱਖੀ ਸੁਪਰੀਮ ਹੈ ਸਿੱਖੀ ਤੋਂ ਵੱਡਾ ਕੁਝ ਨਹੀਂ ਜੇ ਸਿੱਖੀ ਸਾਡੇ ਕੋਲ ਹੋਊਗੀ ਤੇ ਜ਼ਮੀਨਾਂ ਵੀ ਬਚਾਵਾਂਗੇ ਤੇ ਇਹ ਇਹ ਜਿਹੜੇ ਜਿਹੜਾ ਮੋਦੀ ਆ ਉਹਨੂੰ ਕਾ ਕਾਨੂੰਨ ਦੀ ਲੋੜ ਨਹੀਂ ਤਾਂ ਜ਼ਮੀਨਾਂ ਨੱਪਣ ਵਾਸਤੇ ਆਪਾਂ ਇਹ ਕਹਿ ਰਹੇ ਆ ਇਹ ਡੈਮੋਕ੍ਰੇਸੀ ਮਰ ਚੁੱਕੀ ਐ ਤੇ ਮੋਦੀ ਨੂੰ ਕਿਹੜੇ ਕਾਨੂੰਨ ਦੀ ਲੋੜ ਐ ਸਾਡੀ ਜ਼ਮੀਨਾਂ ਨੱਪਣ ਵਾਸਤੇ ਉਹ ਫੌਜ ਲਾ ਕੇ ਸਾਡੀ ਜ਼ਮੀਨਾਂ ਨਹੀਂ ਨੱਪ ਸਕਦਾ ਕਾਨੂੰਨ ਕਸ਼ਮੀਰ ਦੇ ਲੋਕਾਂ ਕੋ ਸਵਧਾਨ ਚ ਲਿਖਿਆ ਕਾਨੂੰਨ ਸੀ 370 ਦਾ ਉਹਨੇ ਰੱਦ ਕੀਤਾ ਕਿ ਨਹੀਂ ਕੀਤਾ ਫਿਰ ਕਿਹੜੇ ਕਾਨੂੰਨ ਦੀ ਅਸੀਂ ਗੱਲਾਂ ਕਰਦੇ ਆ ਜੇ ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਚੱਕੇ ਉਹ ਨਿਸ਼ਾਨ ਵੀ ਛੱਡ ਦਿੱਤਾ ਜਿਨ੍ਹਾਂ ਨੇ ਸਾਡੀ ਹੋਣ ਦਾ ਅੱਜ ਤੱਕ ਬਚਾਈ ਹੈ ਜਦੋਂ ਦਾ ਆਪਾਂ ਕਹਿੰਦੇ ਆ ਵੀ ਰਾਜਿਆਂ ਦੇ ਰਾਜ 'ਚ ਕੋਈ ਕਾਨੂੰਨ ਨਹੀਂ ਸੀ ਹੁੰਦਾ ਉਹਨਾਂ ਦੇ ਰਾਜ 'ਚ ਸਾਡੀ ਹੋਂਦ ਕਿਨੇ ਬਚਾਈ ਸੀ ਜਿਹੜੇ ਰਾਜੇ ਦੇ ਰਾਜ 'ਚ ਕੋਈ ਕਾਨੂੰਨ ਹੀ ਨਹੀਂ ਸੀ ਹੈਗਾ ਉਹਨਾਂ ਦੇ ਰਾਜ 'ਚ ਸਾਡੀ ਹੋਂਦ ਬਚਾਉਣ ਵਾਲਾ ਕੌਣ ਸੀ ਇਹੋ ਨਿਸ਼ਾਨ ਸੀ ਨਾ ਸਿੱਖੀ ਨੇ ਸਾਡੀ ਹੋਂਦ ਬਚਾ ਕੇ ਰੱਖੀ ਹੈ ਤੇ ਜੇ ਉਹਨਾਂ ਦੇ ਰਾਜ 'ਚ ਹੋਂਦ ਬਚਾ ਲਈ ਤੇ ਹੁਣ ਨਾ ਬਚਾਉਗੀ ਕਈ ਲੋਕ ਕਹਿੰਦੇ ਵੀ ਮੌਤ ਤੋਂ ਇਦਾਂ ਜੀ ਤੁਸੀਂ ਮਾਰ ਦੇਣਾ ਚਾਹੁੰਦੇ ਜ ਫਲਾਣ ਕਰ ਦੇਣਾ ਚਾਹੁੰਦੇ ਇਹ ਸਵਾਲ ਸਿੱਖਾਂ ਨੂੰ ਪੁੱਛਿਆ ਗਿਆ ਕਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਾ ਤੇ ਇੱਕ ਸਿੱਖ ਨੂੰ ਉਹਨਾਂ ਸਵਾਲ ਕੀਤਾ ਫਰਖਸ਼ੀਰ ਦੇ ਬੰਦਿਆਂ ਨੇ ਉਹਨੂੰ ਕਤਲ ਕਰਨ ਤੋਂ ਪਹਿਲਾਂ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਸਵਾਲ ਕੀਤਾ ਵੀ ਤੇਰੀ ਜਾਨ ਅਸੀਂ ਬਖਸ਼ ਦਿਆਂਗੇ ਤੈਨੂੰ ਤੇ ਤੂੰ ਸਿੱਖੀ ਛੱਡ ਦੇ ਇਸਲਾਮ ਕਬੂਲ ਕਰ ਲੈ ਉਹ ਕਹਿੰਦਾ ਵੀ ਜੇ ਮੈਂ ਉਹ ਕਹਿੰਦਾ ਤੈਨੂੰ ਤੈਨੂੰ ਕੀ ਫਾਇਦਾ ਉਹ ਕਹਿੰਦਾ ਮੈਨੂੰ ਇਸ ਗੱਲ ਦਾ ਕੀ ਫਾਇਦਾ ਉਹ ਕਹਿੰਦਾ ਤੇਰੀ ਜਾਨ ਬਖਸ਼ੀ ਜਾਊਗੀ ਤੂੰ ਬਚ ਜਾਏਂਗਾ ਤੂੰ ਮਰੇਂਗਾ ਨਹੀਂ ਮੰਦਾ ਵੀ ਮੈਂ ਅਮਰ ਹੋ ਜਾਵਾਂਗਾ ਕਿ ਮੈਂ ਕਦੀ ਵੀ ਨਹੀਂ ਮਰਾਂਗਾ ਉਹ ਕਹਿੰਦੇ ਨੇ ਕਦੀ ਤੇ ਮਰੇਗਾ ਅੱਜ ਨਹੀਂ ਮਰੇਗਾ ਉਹ ਕਹਿੰਦਾ ਜਿਹੜਾ ਮਰਨਾ ਹੀ ਹੈ ਇੱਕ ਬੰਦੇ ਨੇ ਕਦੀ ਜ਼ਿੰਦਗੀ ਦੇ ਵਿੱਚ ਜਿਹੜੀ ਚੀਜ਼ ਹੋਣੀ ਹੀ ਹੈ ਸੁਭਾਵਿਕ ਹੈ ਜਿਹਨੂੰ ਟਾਲਿਆ ਨਹੀਂ ਜਾ ਸਕਦਾ ਜੇ ਮੌਤ ਹੈ ਮੌਤ ਨੂੰ ਕਦੇ ਟਾਲਿਆ ਨਹੀਂ ਜਾ ਸਕਦਾ ਉਹਨੇ ਆਉਣਾ ਹੀ ਆਉਣਾ ਹੈ ਤੇ ਉਹਦੇ ਵਾਸਤੇ ਸਮਝੌਤਾ ਕਿਉਂ ਕਰਨਾ ਹੈ ਜਿੰਦਗੀ ਦਾ ਹਾਂ ਤੁਸੀਂ ਸਮਝੌਤਾ ਉੱਥੇ ਕਰੋ ਜਿੱਥੇ ਤੁਸੀਂ ਅਮਰ ਹੋ ਜਾਓ ਕੋਈ ਬੰਦਾ ਕਹੇ ਵੀ ਤੈਨੂੰ ਅੱਜ ਸਾਡੀ ਗੱਲ ਮੰਨ ਲੈ ਤੂੰ ਮਰਦਾ ਨਹੀਂ ساری ਜ਼ਿੰਦਗੀ ਇਸ ਕਰਕੇ ਜਿਹੜੀ ਆ ਗੱਲਾਂ ਨੇ ਨਾ ਵੀ ਢੈਂਦੀ ਕਲਾ ਲੀਆਂ ਵੀ ਅੱਜ ਅਸੀਂ ਇਹ ਇਹ ਜੇ ਤੁਸੀਂ ਉੱਤੋਂ ਖਾਲੀ ਵੀ ਮੋੜਾ ਹੋ ਨਾ ਤੇ ਨਿਸ਼ਾਨ ਉੱਚਾ ਕਰਕੇ ਲਿਓ ਆਪਣਾ ਖਾਲਸੇ ਦਾ ਤੇ ਆਪਣੀ ਪਹਿਲੀ ਜੀ ਜਾ ਕੇ ਨਿਸ਼ਾਨ ਘਟਦਿਓ ਤੇ ਕੋਈ ਦੁਨੀਆ ਦੀ ਫੌਜ ਤੁਹਾਨੂੰ ਨਹੀਂ ਹਰਾ ਸਕਦੀ ਤੇ ਜੇ ਉੱਥੇ ਨਿਸ਼ਾਨ ਲਗਾ ਕੇ ਤੇ ਸੁੱਟ ਕੇ ਤੇ ਜ਼ਮੀਨਾਂ ਦੇ ਕਾਗਜ਼ ਵੀ ਲਿਖਾ ਕੇ ਵੀ ਲਿਆ ਹੈ ਨਾ ਸਟੈਂਪਾ ਲਵਾ ਕੇ ਗੁੱਠੇ ਲਵਾ ਕੇ ਵੀ ਲਾ ਕੇ ਆਗੇ ਤੁਸੀਂ ਵੀ ਆਦੀਆਂ ਜ਼ਮੀਨਾਂ ਕਿਤੇ ਨਹੀਂ ਜਾਂਦੀਆਂ ਤੇ ਫਿਰ ਕੋਈ ਨਾ ਕੋਈ 30 30 ਧੜਵੀ ਹੁੰਦੇ ਰਹੇ ਅਫਗਾਨ ਦੇ ਵਿੱਚੋਂ 30 30 ਬੰਦੇ ਪੂਰਾ ਹਿੰਦੁਸਤਾਨ ਲੁੱਟ ਕੇ ਲੈ ਕੇ ਜਾਂਦੇ ਰਹੇ ਕਾਨੂੰਨ ਬਣਾ ਕੇ ਲੈ ਕੇ ਜਾਂਦੇ ਰਹ ਜਿਹੜਾ ਨਿਸ਼ਾਨ ਤੁਹਾਨੂੰ ਧੱਕੇ ਤੋਂ ਬਚਾਉਂਦਾ ਰਿਹਾ ਹੈ ਤੁਸੀਂ ਉਹਨੂੰ ਸੁੱਟ ਕੇ ਤੇ ਕਾਗਜ਼ਾਂ ਤੇ ਯਕੀਨ ਕਰੋਗੇ ਇਹ ਇਸ ਚੀਜ਼ ਨੂੰ ਸਮਝੋ ਇਹ 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 ਗੱਲਾਂ ਜਿਹੜੀਆਂ ਨੇ ਇੱਕ ਪਾਸੇ ਅਸੀਂ ਕਹੀ ਜਾਂਦੇ ਆਂ ਕਿ ਡੈਮੋਕ੍ਰੇਸੀ ਦਾ ਕਤਲ ਹੋ ਚੁੱਕਾ ਤੁਝੇ ਪਾਸੇ ਅਸੀਂ ਪ੍ਰੋਟੈਸਟ ਕਰੀ ਜਾਂਦੇ ਆਂ ਕਿ ਡੈਮੋਕ੍ਰੇਸੀ ਬਚਾਉਣੀ ਹੈ ਅਸੀਂ ਇਹਨਾਂ ਗੁਲਾਮੀ ਦਾ ਪ੍ਰਗਟਾਵਾ ਨਾ ਨਾ ਕਰੋ ਜੇ ਪ੍ਰਗਟ ਜੇ ਤੁਹਾਡੇ ਅੰਦਰ ਗੁਲਾਮੀ ਹੈ ਘਟੋ ਘਟ ਮੇਰੇ ਕੋਲ ਅੰਦਰ ਕਮੀ ਹੈ ਪਰ ਮੈਂ ਇੰਨੀ ਤੇ ਮੰਦਰੀ ਰੱਖਾ ਵੀ ਜਿਹੜਾ ਬੰਦਾ ਜਿਹੜੇ ਬੰਦੇ ਨੇ ਕੰਮ ਕੀਤਾ ਮੈਂ ਉਹਨੂੰ ਤੇ ਉਹਨੂੰ ਤੇ ਸਲਾਵਾ ਜਿਸਲਾ ਨਹੀਂ ਸਕਦਾ ਤਾਂ ਮੈਂ ਘਟੋ ਘਟ ਕ੍ਰਿਟਿਸਾਈਜ਼ ਨਹੀਂ ਕਰਾਂ ਉਹਨੂੰ ਉਹਦੀ ਉਹਦੀ ਨਿੰਦਿਆ ਨਾ ਕਰਾਂ ਤੇ ਜੇ ਤੁਹਾਨੂੰ ਲੱਗਦਾ ਵੀ ਉਹਦੇ ਕੁਝ ਕਰਨਾ ਹਕੂਮਤ ਨੂੰ ਮਾਰਦੀ ਤਾਂ ਹਕੂਮਤ ਨੂੰ ਸਵਾਲ ਕਰੋ ਵੀ ਤੁਸੀਂ ਅਸੀਂ ਤੇਰੇ ਗੁਲਾਮ ਹੈ ਤੂੰ ਸਾਨੂੰ ਕਿਉਂ ਮਾਰਵੇਂ ਗੇ ਜਿਹੜੀਆਂ ਗੁਲਾਮ ਕੌਮਾਂ ਨੇ ਨਾ ਆਜ਼ਾਦ ਕੌਮਾਂ ਕਹਿੰਦੀ ਏਦਾਂ ਨਹੀਂ ਕਰਦੀਆਂ ਗੁਲਾਮ ਕੌਮਾਂ ਸਦੀਵੀ ਤੌਰ ਤੇ ਏਦਾਂ ਕਰਦੀਆਂ ਆਜ਼ਾਦ ਕੌਮਾਂ ਨੂੰ ਜਦੋਂ ਕੋਈ ਉਹਨਾਂ ਤੇ ਹਮਲਾ ਕਰਦਾ ਹੈ ਨਾ ਉਹ ਉਸ ਬੰਦੇ ਦਾ ਦੋਸ਼ ਕੱਢਦੀਆਂ ਨੇ ਕਦੀ ਕਦੀ ਉਹ ਇਦਾਂ ਨਹੀਂ ਕਹਿਣਗੀਆਂ ਵੀ ਆਪਣੇ ਅੰਦਰ ਛਾਤੀ ਮਾਰ ਕੇ ਕਹਿਣਗੀਆਂ ਸਾਡੇ ਜਦੋਂ ਵੱਡੇ ਘਾਲੂ ਘਾਰੇ ਹੋਏ ਉਦੋਂ ਵੀ ਕੌਮ ਨੇ ਕਿਸੇ ਆਪਣੇ ਆਗੂ ਨੂੰ ਇਹ ਗੱਲ ਨਹੀਂ ਕਹੀ ਵੀ ਤੂੰ ਸਾਨੂੰ ਮਰਵਾਤਾ ਨਾ ਗੁਰੂ ਨੂੰ ਮੈਣਾ ਮਾਰਿਆ ਅੱਜ ਤੁਸੀਂ ਮੈਂਟ ਨਹੀਂ ਲਾਉਂਦੇ ਜੇ ਕੋਈ ਬੰਦਾ ਸਿੱਖੀ ਦੀ ਗੱਲ ਕਰਦਾ ਹੈ ਉਹ ਤੂੰ ਬੰਦੇ ਮਰਵਾ ਦੇਂਗਾ ਜੇ ਕੋਈ ਬੰਦਾ ਫਲਾਣੀ ਗੱਲ ਕਰਦਾ ਤੂੰ ਇਦਾਂ ਕਰ ਦੇਂਗਾ ਤੂੰ ਉਹ ਕਰ ਦੇਂਗਾ ਜੇ ਇੰਨੇ ਇੰਨਾ ਹੀ ਸਾਡੀ ਜਾਨ ਤੇ ਖਤਰਾ ਬਣਿਆ ਹੈ ਤੇ ਫਿਰ ਇੱਕ ਵਾਰ ਬਾਹਰ ਨਿਕਲ ਕੇ ਵੇਖ ਲਓ ਤੇ ਖਤਰਾ ਕਿਹੜਾ ਹੈ ਮਤਲਬ ਕੋਈ ਪਿੰਡ ਦੇ ਵਿੱਚ ਕੋਈ ਸ਼ੇਰ ਘੁੰਮ ਰਿਹਾ ਬਹੁਤ ਵੱਡਾ ਜਿਹੜਾ ਆਦਮ ਖੋਰ ਹੋ ਗਿਆ ਹੈ ਤੇ ਤੁਸੀਂ ਘਰਾਂ ਚ ਲੋਕ ਕੇ ਬੈਠੇ ਜੋ ਤੇ ਜੇ ਕੋਈ ਤੁਹਾਡਾ ਘਰ ਦਾ ਬੰਦਾ ਜਾ ਕੇ ਕੁੰਡਾ ਖੋਲਣ ਦੀ ਕੋਸ਼ਿਸ਼ ਕਰਦਾ ਤੁਸੀਂ ਉਹਨੂੰ ਕੁੱਟਕੁੱਟ ਮਾਰਨ ਨੂੰ ਤਿਆਰ ਜੋ ਕਿ ਤੂੰ ਸਾਨੂੰ ਮਰਵਾ ਦੇਂਗਾ ਤੇ ਉੱਤੋਂ ਤੁਹਾਨੂੰ ਪਤਾ ਵਾ ਵੀ ਸਾਰੀ ਜ਼ਿੰਦਗੀ ਅੰਦਰ ਬੈ ਕੇ ਤੇ ਕੱਟੀ ਨਹੀਂ ਜਾ ਸਕਦੀ ਕਿਤੇ ਨਾ ਕਿਤੇ ਤੇ ਬਾਹਰ ਜਾਣਾ ਹੀ ਹੈ ਨਾ ਤੇ ਫਿਰ ਜਿਹੜਾ ਉਹ ਘੁੰਮ ਰਿਹਾ ਵੇ ਸ਼ੇਰ ਉਹਦਾ ਇਲਾਜ ਕਰਨਾ ਜ਼ਰੂਰੀ ਹੈ ਕਿ ਜਿਹੜਾ ਬੰਦਾ ਤੁਹਾਨੂੰ ਕੁੰਡਾ ਖੋਲਣ ਦੀ ਯਤਨ ਕਰ ਰਿਹਾ ਉਹਦਾ ਇਲਾਜ ਕਰਨਾ ਜ਼ਰੂਰੀ ਹੈ। ਇਸ ਕਰਕੇ ਦੜ ਵੱਟ ਕੇ ਤੇ ਝੰਡੇ ਲਗਾ ਕੇ ਖਾਲਸੇ ਨਿਸ਼ਾਨ ਸਾਹਿਬ ਲਗਾ ਕੇ ਤੇ ਜਿਹੜਾ ਮਰਜੀ ਪ੍ਰਾਪਤੀਆਂ ਕਰੀ ਜਾ ਉਹ ਫਿਰ ਪ੍ਰਾਪਤੀਆਂ ਤੁਹਾਨੂੰ ਇਹ ਤੇ ਫਿਰ ਉਹ ਜਿਹੜੇ ਧੀਆਂ ਦੇ ਡੋਲੇ ਦੇ ਕੇ ਆਪਣੇ ਰਾਜ ਬਚਾਉਂਦੇ ਸੀ ਉਹ 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 ਸਹੀ ਸੀ ਫਿਰ ਉਹਨਾਂ ਤੋਂ ਸਿੱਧ ਲੈ ਲਿਆ ਕਰੋ। ਇਤਿਹਾਸ ਵੀ ਉਹਨਾਂ ਦਾ ਪੜਿਆ ਕਰੋ। ਇਤਿਹਾਸ ਦਾ ਤੁਹਾਨੂੰ ਇੱਕ ਪਾਤਰ ਪੁੱਛਿਆ ਜਾਵੇ ਯਾਦ ਹੈ ਜਿਹੜਾ ਜੰਗ ਤੋਂ ਭੱਜਿਆ ਹੋਵੇ ਤੁਸੀਂ ਉਹਨੂੰ ਯਾਦ ਕਰਦੇ ਹੋ ਬੜੇ ਮਾਨਨਾ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਨੂੰ ਥੋੜਾ ਜਿਹਾ ਖਿਆਲ ਕਰੋ ਇਹ 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 ਜਿਹੜਾ ਕਈ ਜਣਾ ਬਾਰ-ਬਾਰ ਰੋਈ ਜਣਾ ਵੀ ਸਾਡਾ ਕਤਲਿਆਮ ਨੂੰ ਕਤਰੀਆਮ ਹੋਣਾ ਵ ਤੁਸੀਂ ਚਾਹੋ ਜਾਂ ਨਾ ਚਾਹੋ ਤੁਸੀਂ 100 ਕੋਸ਼ਿਸ਼ਾਂ ਕਰੋ ਵੀ ਸਾਡਾ ਕਤਰੀਆਮ ਜਿਹੜੀ ਹਕੂਮਤ ਦੇ ਕੋਲ ਤਾਕਤ ਹੈ ਤੁਹਾਡਾ ਕਤਲਿਆਮ ਕਰਨ ਦੀ ਤੁਸੀਂ ਜੇ ਉਹਨੂੰ ਨਹੀਂ ਚੈਲੰਜ ਕਰਦੇ ਉਹਨੂੰ ਨਹੀਂ ਬਦਲਦੇ ਤੇ ਕਿਸੇ ਨਾ ਕਿਸੇ ਦਿਨ ਤੁਹਾਡਾ ਕਤਲਿਆਮ ਹੋਣਾ ਇਹ ਨਹੀਂ ਆ ਕਿ ਬੇਨਤੀਆਂ ਸਨ ਤੇ ਬਾਕੀ ਕਿਤੇ ਫਿਰ ਸਮਾਂ ਲੱਗੂਗਾ ਤੇ ਜੋੜਾਂਗੇ ਕਿ ਲਿਖਾ ਫਿਰ ਠੀਕ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਹ